ਭ੍ਰਿਸ਼ਟਾਚਾਰ ਹੈ ਭਾਰਤ ਵਿੱਚ ਵਧੀ ਜਾਂਦਾ, ਭ੍ਰਿਸ਼ਟਾਚਾਰ ਹੈ ਭਾਰਤ ਵਿੱਚ ਵਧੀ ਜਾਂਦਾ, ਜਾਂਦੇ ਹਨ ਸਰਵੇਖਣ ਜੇ ਆਈ ਬੇਲੀ, ਛੋਟੀ ਮੱਛੀ ਨੂੰ ਵੱਡੀ ਨਹੀਂ ਜਿਉਣ ਦਿੰਦੀ, ਮਗਰ ਮੱਛਾਂ ਨੇ ਅੰਨੀ ਹੈ ਪਾਈ ਬੇਲੀ, ਜਿਹਦਾ ਦਾ ਲੱਗਦਾ ਉਹੀ ਲਾਈ ਜਾਂਦਾ, ਭਾਈ ਭਾਈ ਨੂੰ ਜਾਂਦਾ ਏ ਖਾਈ ਬੇਲੀ, ਆਗੂ ਦੇਸ਼ ਦੇ ਹੋਏ ਭ੍ਰਿਸ਼ਟ ਵਾਲੇ, ਸ਼ਰਮ ਇਹਨਾਂ ਨੇ ਸੇਲ 'ਤੇ ਲਾਈ ਬੇਲੀ, ਆਗੂ ਲੀਡਰ ਪਹਿਲਾਂ ਆਪ ਚੁਣਦੇ ਨੇ, ਆਗੂ ਲੋਕੀ ਪਹਿਲਾਂ ਆਪ ਚੁਣਦੇ ਨੇ ਫਿਰ ਪਾਉਂਦੇ ਨੇ ਹਾਲ ਦੁਹਾਈ ਬੇਲੀ, ਛੁਰੀ ਹੇਠਾਂ ਜੇ ਬੱਕਰਾ ਆਪ ਜਾਵੇ ਤੇ ਛੱਡਦਾ ਕਾਹਨੂੰ ਆ ਫੇਰ ਕਸਾਈ ਬੇਲੀ, ਛੱਡਦਾ ਕਾਹਨੂੰ ਆ ਫੇਰ ਕਸਾਈ ਬੇਲੀ। ਜੀ ਹਾਂ, ਭਾਰਤ ਬਾਰੇ ਇਹਨਾਂ ਲਾਈਨਾਂ ਦੇ ਨਾਲ ਮੈਂ ਹਾਜ਼ਰ ਹਾਂ ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਤਿੱਗਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਗੱਲਬਾਤ ਕਰੀਏ ਪਹਿਲਾਂ ਥੋੜ੍ਹੀ ਜਿਹੀ, ਤਾਂ ਇੱਕ ਤਾਂ ਦਿੱਲੀ ਦੇ ਵਿੱਚ ਚੋਣਾਂ ਦਾ ਐਲਾਨ ਹੋਇਆ ਔਰ ਸਾਰੇ ਪੱਬਾਂ ਭਾਰ ਨੇ, ਦੇਖੋ ਕੀ ਬਣਦਾ। ਵੈਸੇ ਤਾਂ ਸੋਸ਼ਲ ਮੀਡੀਆ ਤਾਂ ਇਹ ਕਹਿੰਦਾ ਜੀ ਕਿ ਬੀਜੇਪੀ ਵਾਲੇ ਵੀ ਜਿਹੜੇ ਹੈਗੇ RSS ਵਾਲੇ ਵੀ ਉਹ ਕਹਿੰਦੇ ਨੇ ਜੀ ਕੇਜਰੀਵਾਲ ਬੜਾ ਵਧੀਆ, ਕੇਜਰੀਵਾਲ ਬੜਾ ਵਧੀਆ, ਅਤੇ ਬਾਕੀ ਕਿੰਨਾ ਕੁ ਵਧੀਆ ਉਹ ਦਿੱਲੀ ਦੇ ਲੋਕ ਦੱਸ ਸਕਦੇ ਆ, ਜਾਂ ਫਿਰ ਹੋਰ ਕਿੰਨਾ ਕੁ ਵਧੀਆ। ਅਤੇ ਉਹ ਆਉਣ ਵਾਲੀ ਉਹ 8 ਫਰਵਰੀ ਨੂੰ ਵੋਟਾਂ ਪੈਣੀਆਂ ਅਤੇ 11 ਨੂੰ ਰਿਜ਼ਲਟ ਆ ਜਾਣਾ ਅਤੇ ਉਦੋਂ ਪਤਾ ਲੱਗ ਜਾਣਾ ਜੀ ਕਿੰਨਾ ਕੁ ਵਧੀਆ ਹੈਗਾ। ਪਰ ਚੰਗੀ ਪਰਫੋਰਮੈਂਸ ਲੱਗਦੀ ਹੈ ਕੇਜਰੀਵਾਲ ਦੀ, ਅਤੇ ਦੂਜਾ ਇਉਂ ਇਹ ਲੱਗਦਾ ਕਿ ਮੋਦੀ ਸਾਹਿਬ ਦੀ ਜਿੰਨੀ ਮਰਜ਼ੀ ਚੜ੍ਹਾਈ ਹੋ ਜਾਵੇ ਪਰ ਕਿਤੇ ਨਾ ਕਿਤੇ ਉਤਰਾਈ ਜਿਹੜੀ ਹੈ ਉਹ ਵੀ ਸ਼ੁਰੂ ਹੋ ਗਈ ਹੈ, ਕਿਉਂਕਿ ਪਹਿਲਾਂ 5 ਸਟੇਟਾਂ ਦੇ ਵਿੱਚ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 5 ਸਟੇਟਾਂ ਦੇ ਵਿੱਚ ਚੋਣਾਂ ਹਾਰ ਚੁੱਕੇ ਨੇ। 6ਵੀਂ ਅਗਰ ਦਿੱਲੀ ਹਾਰ ਗਏ ਜਿੱਥੇ ਉਹ ਬੈਠੇ ਨੇ, ਅਤੇ ਫਿਰ ਅੱਗੇ ਰੱਬ ਜਾਣੇ ਜਾਂ ਫਿਰ ਲੋਕ ਜਾਣਨ ਕੀ ਬਣਦਾ ਕੀ ਨਹੀਂ ਬਣਦਾ। ਅਤੇ ਉਦੋਂ ਬਾਅਦ ਤਿਆਰੀ ਜਿਹੜੀ ਹੈ ਉਹ ਪੰਜਾਬ ਦੀਆਂ ਚੋਣਾਂ ਦੀ ਵੀ ਸ਼ੁਰੂ ਹੋ ਗਈ ਹੈ। ਇੱਕ ਫਿਲਮ ਆਈ ਹੈ ਛਪਾਕ, ਆਉਣੀ ਹੈ ਫਿਲਮ, ਹਜੇ ਛਪਾਕ ਹੈ ਫਿਲਮ ਦਾ ਨਾਂ, ਦੀਪਿਕਾ ਪਾਦੂਕੋਣ ਹਿੰਦੀ ਫਿਲਮ ਹੈ, ਉਹਨੇ ਫਿਲਮ ਇਹ ਬਣਾਈ ਹੈ, ਉਹ ਮਤਲਬ ਹੀਰੋਇਨ ਹੈਗੀ ਉਹਦੇ 'ਚ। ਫਿਲਮ ਚੰਗੀ ਹੋਏਗੀ ਵਿਸ਼ੇ ਤੋਂ ਲੱਗਦਾ ਹੈ, ਵਿਸ਼ੇ ਤੋਂ ਲੱਗਦਾ ਕਿ ਇੱਕ ਚੰਗੀ ਸੇਧ ਦੇਣ ਵਾਲੀ ਫਿਲਮ ਹੋਏਗੀ। ਉਹ ਫਿਲਮ ਉਹਨਾਂ ਨੇ ਬਣਾਈ ਹੈ, ਇਹ ਜਿਹੜਾ ਤੇਜ਼ਾਬ ਸਿੱਟਦੇ ਨੇ ਮੁੰਡੇ ਕੁੜੀਆਂ ਦੇ ਉੱਪਰ ਉਹਦੇ ਉੱਪਰ ਬਣਾਈ ਹੈ, ਪਰ ਸਾਡੇ ਮੁਲਕ ਦੇ ਹਾਲਾਤ ਦੇਖੋ, ਉਹਦੇ 'ਤੇ ਵੀ ਕਿਸੇ ਨੇ ਸ਼ਿਕਾਇਤ ਕਰਕੇ ਅਤੇ ਪਾਬੰਦੀ ਲਵਾਤੀ ਹੈ, ਉਹ ਵੀ ਕੋਰਟ ਦੇ ਵਿੱਚ ਪਹੁੰਚ ਗਈ ਹੈ। ਚਲੋ, ਇਹ ਸਾਡੇ ਭਾਰਤ ਦੇ ਹਾਲ ਜਿਹੜੇ ਹੈਗੇ ਨੇ, ਹਾਲੋਂ ਬੇਹਾਲ ਹੈਗੇ ਨੇ, ਇਹ ਤੁਹਾਡੇ ਨਾਲ ਸਾਂਝੇ ਕਰਦੇ ਰਹੀਦਾ। ਅਤੇ ਅੱਜ ਜਿਹੜਾ ਵਿਸ਼ਾ ਹੈਗਾ ਉਹ ਵੀ ਥੋੜ੍ਹਾ ਜਿਹਾ ਇਸੇ ਤਰ੍ਹਾਂ ਦਾ ਹੀ ਹੈਗਾ, ਤੁਹਾਡੇ ਨਾਲ ਸਾਂਝਾ ਕਰਨਾ, ਨਾਲ ਨਾਲ ਤੁਹਾਡੀਆਂ ਕਾਲਾਂ ਲਈਦੀਆਂ। ਭਾਰਤ ਦੀ ਗੱਲ ਕਰੀਦੀ, ਭਾਰਤ ਮੇਰਾ, ਭਾਰਤ ਮਹਾਨ, ਜਿੱਥੇ ਪੀਜ਼ਾ ਪਹਿਲਾਂ ਪਹੁੰਚ ਜਾਂਦਾ ਐਂਬੂਲੈਂਸ ਬਾਅਦ 'ਚ ਪਹੁੰਚਦੀ ਆ। ਮੇਰਾ ਭਾਰਤ ਮਹਾਨ ਹੈ ਜੀ, ਜਿੱਥੇ ਕਾਰ 'ਤੇ ਲੋਨ ਤਾਂ 3-4% ਆ, ਅਤੇ ਐਜੂਕੇਸ਼ਨ 'ਤੇ ਲੋਨ ਜਿਹੜਾ ਹੈਗਾ ਉਹ 11-12% 'ਤੇ ਮਿਲਦਾ ਹੈ। ਇਹ ਮੇਰਾ ਭਾਰਤ ਮਹਾਨ ਜਿਹੜਾ ਹੈਗਾ, ਇਹਦੀ ਇੱਕ ਵਾਰੀ ਗੱਲ ਕਰਨੀ ਹੈ। ਫਿਰ ਮੈਨੂੰ ਇਹ ਲੱਗਦਾ ਵੀ ਜਿਵੇਂ ਭ੍ਰਿਸ਼ਟਾਚਾਰ ਭਾਰਤ, ਪੱਬਾ ਭਾਰਤ, ਪੱਬਾ ਭ੍ਰਿਸ਼ਟਾਚਾਰ, ਇਹ ਤਾਂ ਚਲੋ ਆਪਸ ਦੇ ਵਿੱਚ ਗੂੜ੍ਹਾ ਰਿਸ਼ਤਾ ਹੈਗਾ ਹੀ ਆ, ਇਹ ਆਪਾਂ ਨੂੰ ਪਤਾ ਹੀ ਹੈ। ਪਰ ਓਵਰਆਲ ਭਾਰਤ ਅਗਰ ਦੇਖੀਏ ਤਾਂ ਇਉਂ ਲੱਗਦਾ ਹੈ ਕਿ ਜੇ ਖਾਲੀ ਥਾਂ ਬਣਾਈ ਹੋਈ ਨਾ, ਭਾਰਤ ਇੱਕ ਅੱਗੇ ਡੈਸ਼ 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 ਦੇਸ਼ ਹੈ, ਖਾਲੀ ਥਾਂ ਭਰਨੀ ਹੋਵੇ ਤਾਂ ਇਹਦੇ ਵਿੱਚ ਮੇਰੇ ਖਿਆਲ ਹਰ ਬੰਦੇ ਦੇ ਦਿਮਾਗ ਦੇ ਵਿੱਚ ਇਹੀ ਆਊਗਾ ਕਿ ਭਾਰਤ ਇੱਕ ਭ੍ਰਿਸ਼ਟਾਚਾਰ, ਹੜਤਾਲਾਂ, ਧਰਨਿਆਂ ਦਾ ਅਤੇ ਭਾਰਤ ਬੰਦ ਦਾ ਦੇਸ਼ ਹੈਗਾ। ਭਾਰਤ ਬੰਦ ਤੋਂ ਸਮਝ ਗਏ ਹੋਵਾਂਗੇ ਮੈਂ ਕਾਹਦੀ ਗੱਲ ਕਰਨੀ ਚਾਹੁੰਦਾ। ਭਾਰਤ ਬੰਦ ਦਾ ਸੱਦਾ ਤਾਜ਼ਾ ਤਾਜ਼ਾ ਦਿੱਤਾ ਸੀਗਾ, ਔਰ ਕਮਾਲ ਦੀ ਗੱਲ ਇਹ ਹੈ ਵੀ ਧਰਨਿਆਂ ਦੀ ਗੱਲ ਕਰ ਲਈਏ ਪਹਿਲਾਂ ਜਾਂ ਫਿਰ ਹੜਤਾਲਾਂ ਦੀ ਗੱਲ ਕਰ ਲਈਏ ਜਾਂ ਫਿਰ ਟੈਂਕੀ ਦੇ ਉੱਪਰ ਚੜ੍ਹੇ ਮਾਸਟਰਾਂ ਡਾਕਟਰਾਂ ਦੀ ਗੱਲ ਕਰ ਲਈਏ, ਸਾਰੀਆਂ ਗੱਲਾਂ ਇੱਕੋ ਹੀ ਨੇ। ਇਹ ਮੇਰੇ ਖਿਆਲ ਹੜਤਾਲਾਂ ਜਾਂ ਧਰਨੇ ਜਿਹੜੇ ਹੈਗੇ ਨੇ ਜਾਂ ਭਾਰਤ ਬੰਦ, ਪੰਜਾਬ ਬੰਦ ਹੁੰਦਾ, ਇਹ ਸ਼ੁਰੂ ਤੋਂ ਹੀ ਹੁੰਦਾ ਆਇਆ, ਸ਼ੁਰੂ ਤੋਂ ਹੀ, ਅਤੇ ਸ਼ੁਰੂ ਤੋਂ ਹੀ ਇਹਦਾ ਕੋਈ ਹੱਲ ਨਹੀਂ ਹੈਗਾ। ਹੁੰਦਾ ਭਾਰਤ ਬੰਦ, ਬਹੁਤ ਸਾਰੇ ਕਈ ਵਾਰੀ ਦੰਗੇ ਹੁੰਦੇ, ਨੁਕਸਾਨ ਹੁੰਦੇ, ਠਾ ਠਾ ਇੱਧਰੋਂ ਉੱਧਰੋਂ ਹੁੰਦਾ, ਅਤੇ ਪਰ ਕੋਈ ਅਸਰ ਨਹੀਂ, ਕੋਈ ਹਾਲਾਤਾਂ ਦੇ ਵਿੱਚ ਬਦਲਾਓ ਨਹੀਂ, ਫਿਰ ਨੋਰਮਲ ਜ਼ਿੰਦਗੀ ਹੋ ਜਾਂਦੀ ਹੈ। ਫਿਰ ਕੋਈ ਨਾ ਕੋਈ ਪੰਗਾ ਹੁੰਦਾ, ਵਿਰੋਧੀਆਂ ਨੇ ਫਿਰ ਬੰਦ ਕਰਾਉਣਾ ਹੈਗਾ, ਫਿਰ ਰੌਲਾ ਪਾ ਕੇ ਫਿਰ ਨੋਰਮਲ ਜ਼ਿੰਦਗੀ ਹੋ ਜਾਂਦੀ ਹੈ। ਇਹਦੇ ਵਿੱਚੋਂ ਕੁਝ ਇੱਕ ਬੰਦੇ ਫਾਇਦਾ ਲੈ ਜਾਂਦੇ ਆ, ਪਰਸਨਲ ਵੀ ਲੈ ਜਾਂਦੇ ਕੁਛ, ਅਤੇ ਕੁਛ ਪਾਰਟੀਆਂ ਵਾਲੇ ਵੀ ਲੈ ਜਾਂਦੇ ਨੇ ਲੀਡਰ, ਜਿਹੜੇ ਵਿਰੋਧੀ ਪਾਰਟੀ ਵਾਲੇ ਹੈਗੇ ਉਹਨਾਂ। ਜਿਹੜੇ ਭਾਰਤ ਬੰਦ ਦੀ ਗੱਲ ਕਰੀਏ ਤਾਂ ਕਾਂਗਰਸ ਵਾਲੇ ਬੜੇ ਖੁਸ਼ ਨੇ, ਕਾਂਗਰਸ ਵਾਲੇ ਕਹਿੰਦੇ ਜੀ 25 ਕਰੋੜ ਜਿਹੜੇ ਲੋਕ ਸ਼ਾਮਿਲ ਹੋਏ ਨੇ ਇਹਦੇ ਵਿੱਚ, ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਵੈਸੇ 10 ਜਥੇਬੰਦੀਆਂ ਜਿਹੜੀਆਂ ਮਜ਼ਦੂਰ ਆ, ਉਹਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਸੀਗਾ,
ਭਾਰਤ ਬੰਦ ਦਾ ਉਹਨਾਂ ਦੀਆਂ ਮੰਗਾਂ ਜਾਇਜ਼ ਨੇ, ਗੱਲਾਂ ਜਾਇਜ਼ ਨੇ, ਪਰ ਕੀ ਉਹ ਇੱਦਾਂ ਮੰਨੀਆਂ ਜਾ ਸਕਦੀਆਂ? ਨਾਗਰਿਕਤਾ ਬਿੱਲ ਦੀ ਜਿਹੜੀ ਗੱਲ ਕਰਦੇ ਹਾਂ ਆਪਾਂ, ਉਹਦੇ 'ਚ ਸਾਰੇ ਹੀ ਆ। ਹੁਣ ਅੱਜ ਇੱਥੇ ਅਮਰੀਕਾ ਵਾਲੇ ਕਹਿ ਦੇਣ ਜਾਂ ਕਨੇਡਾ ਵਾਲੇ ਕਹਿ ਦੇਣ ਜੀ ਭਾਰਤ ਦੇ ਵਿੱਚ ਇਹ ਨਾਗਰਿਕਤਾ ਬਿੱਲ ਬਣਿਆ ਵੀ ਧਰਮ ਦੇ ਆਧਾਰ 'ਤੇ ਜਿਹੜੀ ਉਹ ਨਾਗਰਿਕਤਾ ਦਿੱਤੀ ਜਾਊਗੀ, ਅਸੀਂ ਵੀ ਉਹ ਫਾਲੋ ਕਰਦੇ ਹਾਂ, ਅਤੇ ਚਲੋ ਜੀ ਫਿਰ ਬੰਨੀਏ ਆਪਾਂ ਬੋਰੀ ਬਿਸਤਰਾ। ਮਤਲਬ ਇਹ ਹੈ ਕਿ ਇਸਦਾ ਘੱਟ ਗਿਣਤੀਆਂ ਦੀ ਗੱਲ ਆਪਾਂ ਕਰਦੇ ਹਾਂ, ਪਾ ਨਾਗਰਿਕਤਾ ਦੀ ਬਾਅਦ 'ਚ ਗੱਲ ਕਰਦੇ ਹਾਂ। ਪਰ ਮੇਰੇ ਹਿਸਾਬ ਦੇ ਨਾਲ ਧਰਨਿਆਂ ਦਾ, ਬੰਦ ਦਾ, ਜੇ ਹੜਤਾਲਾਂ ਦਾ ਸਾਰਾ ਕੁਛ ਪਾ ਲਾ ਕੇ ਗੱਲ ਕਰੀਏ ਤਾਂ ਭਾਰਤ ਦਾ ਵੀ ਉਹ ਹਾਲ ਹੈ। ਇੱਕ ਪਤੀ ਪਤਨੀ ਹੈ, ਕੋਈ ਪਤੀ ਪਤਨੀ ਬਜ਼ੁਰਗ ਨੇ ਬਹੁਤ, 65 ਸਾਲ ਉਹਨਾਂ ਦੇ ਵਿਆਹ ਨੂੰ ਹੋ ਗਏ, ਔਰ 65 ਸਾਲ ਤੋਂ ਹੀ ਪਤਨੀ ਸਵੇਰੇ ਉੱਠਦੀ ਹੈ, ਆਪਦੇ ਘਰ ਵਾਲੇ ਨੂੰ ਪੁੱਛਦੀ ਹੈ ਵੀ ਚਾਹ ਪੀਓਗੇ, ਉਹ ਕਹਿੰਦਾ ਬਣਾ ਲੈ, ਅਤੇ 65 ਸਾਲ ਤੋਂ ਇਹ ਕੰਮ ਹੋ ਰਿਹਾ ਅਤੇ ਕੋਈ ਬਦਲਾਓ ਨਹੀਂ, ਕੋਈ ਕੁਛ ਨਹੀਂ। ਇਹ ਹੁਣ ਪਿਛਲੇ ਮਤਲਬ 40-50 ਸਾਲ ਤੋਂ, 40 ਸਾਲ ਤੋਂ ਫਿਰ ਇਹ ਵੀ ਇੱਕ ਅੱਖਰ ਡਾਇਲੋਗ ਹੋਰ ਜੁੜ ਗਿਆ ਨਾਲ। ਘਰ ਵਾਲੀ ਕਹਿੰਦੀ ਵੀ ਚਾਹ ਪੀਓਗੇ, ਕਹਿੰਦਾ ਬਣਾ ਲਾ, ਮਿੱਠਾ ਘੱਟ ਰੱਖੀ, ਇਹ ਵੀ ਨਾਲ ਹੋ ਗਿਆ। ਇਹੀ ਹਾਲ ਸਾਡੇ ਭਾਰਤ ਦਾ, ਹੜਤਾਲਾਂ ਹੁੰਦੀਆਂ, ਬੰਦ ਹੁੰਦੇ, ਸਾਰਾ ਕੁਛ ਹੁੰਦੇ ਆ, ਉਹੀ 3 ਚੀਜ਼ਾਂ ਹੈਗੀਆਂ, ਉਹੀ 3 ਫੇ ਮੂਹਰੇ ਆ ਜਾਂਦੀਆਂ, ਮਤਲਬ ਕੰਨ 'ਤੇ ਜੂੰ ਨਹੀਂ ਰੇਂਗਦੀ ਕਿਸੇ ਦੇ ਵੀ। ਇਹ ਜੂੰ ਵੀ ਪਤਾ ਨਹੀਂ ਕਿੰਨੀ ਢੀਠ ਹੈ, ਕਿਹੜੀ ਜੂੰ ਹੈ ਜਿਹੜੀ ਇਹ ਉਦਾਹਰਨ ਬਣੀ ਹੈ ਜਾਂ ਮੁਹਾਵਰਾ ਬਣਿਆ ਵੀ ਕੰਨ 'ਤੇ ਜੂੰ ਨਹੀਂ ਰੇਂਗਦੀ, ਐਸੀ ਕਿਹੜੀ ਜੂੰ ਹੈ ਜਿਹੜੀ ਮੇਲਾ ਤਾਂ ਜੂੰ ਵੀ ਹੁਣ ਇਹ ਕੰਨ ਦੇ ਨਾਲ ਮਿਲ ਗਈ ਆ, ਕਹਿੰਦੇ ਵੀ ਕੋਈ ਨਹੀਂ ਤੂੰ ਆਰਾਮ ਕਰ, ਮੈਂ ਨਹੀਂ ਤੇਰੇ ਕੰਨ 'ਤੇ ਰੇਂਗਣਾ ਹੁਣ, ਅਤੇ ਇਹ ਜਿਹੜਾ ਭਾਰਤ ਦਾ ਇਹ ਹਾਲ ਹੈਗਾ। ਸੋ ਇਹ ਬੰਦ ਜਿਹੜੇ ਹੋ ਰਹੇ ਨੇ, ਬੰਦ ਹੋ ਰਹੇ ਨੇ, ਹੜਤਾਲਾਂ ਹੋ ਰਹੀਆਂ ਨੇ, ਅਕਸਰ ਆਪਾਂ ਉਹਨਾਂ ਦੇ ਵਿੱਚੋਂ ਵਿਚਰਦੇ ਹਾਂ, ਔਰ ਬਹੁਤ ਸਾਰੀਆਂ ਹੜਤਾਲਾਂ ਸਾਨੂੰ ਪਤਾ ਵੀ ਨਹੀਂ ਹੁੰਦਾ, ਔਰ ਬਹੁਤ ਸਾਰੇ ਅਸੀਂ ਦੇਖੇ ਨੇ ਬੰਦ ਦੇ ਦੌਰਾਨ ਲੋਕ ਦੁਖੀ ਹੁੰਦੇ, ਲੋਕ ਪਰੇਸ਼ਾਨ ਹੁੰਦੇ, ਇੱਥੋਂ ਤੱਕ ਕਿ ਮੌਤਾਂ ਹੁੰਦੀਆਂ ਦੇਖੀਆਂ ਬਹੁਤ ਸਾਰੇ ਲੋਕਾਂ ਦੀਆਂ। ਪਰ ਜਿਹੜੇ ਬੰਦ ਕਰਨ ਕਰਾਉਣ ਵਾਲੇ ਨੇ ਉਹਨਾਂ ਨੂੰ ਆਪਣਾ ਬੰਦ ਕਾਮਯਾਬ ਰਿਹਾ, ਬੰਦ ਕਾਮਯਾਬ ਰਿਹਾ, ਇਹ ਅਖਬਾਰ ਦੀ ਸੁਰਖੀ ਚਾਹੀਦੀ ਹੁੰਦੀ ਹੈ ਅਤੇ ਉਹ ਸੁਰਖੀ ਮਿਲ ਜਾਂਦੀ ਆ। ਔਰ ਇਹਦੇ ਵਿੱਚ ਬੰਦ ਕਰਾਉਣ ਵਾਲੇ ਜਿਹੜੇ ਅਕਸਰ, ਹੜਤਾਲਾਂ ਕਰਾਉਣ ਵਾਲੇ ਅਕਸਰ, ਧਰਨੇ ਲਾਉਣ ਵਾਲੇ ਅਕਸਰ ਅਤੇ ਟੈਂਕੀਆਂ 'ਤੇ ਚੜਾਉਣ ਵਾਲੇ ਅਕਸਰ 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 ਵਿਰੋਧੀ ਪਾਰਟੀ ਵਾਲੇ ਹੁੰਦੇ। ਕਿਉਂਕਿ ਜਦੋਂ ਕੋਈ ਵੀ ਪਾਰਟੀ ਹੈ ਉਹ ਵਿਰੋਧ ਦੇ ਵਿੱਚ ਆ ਜਾਂਦੀ ਨਾ, ਜਦੋਂ ਉਹਦੀ ਸਰਕਾਰ ਹੁੰਦੀ, ਚਾਹੇ ਉਹ ਕਾਂਗਰਸ ਆ, ਚਾਹੇ ਅਕਾਲੀ, ਚਾਹੇ ਕੋਈ ਵੀ ਆ, ਈਵਨ ਆਮ ਆਦਮੀ ਪਾਰਟੀ ਦੀ ਵੀ ਜਿਹੜੀ ਸਰਕਾਰ ਹੈ, ਹੁਣ ਹੋ ਸਕਦਾ ਉਹਦੇ ਕੋਈ ਹੱਲ ਨਾ ਹੋਣ ਦਿੱਲੀ ਕਈ ਮਸਲਿਆਂ ਦੇ, ਕਿਉਂਕਿ ਦਿੱਲੀ ਦਾ ਆਪਾਂ ਨੂੰ ਬੜਾ ਪਤਾ ਨਹੀਂ। ਪਰ ਗੱਲ ਇਹ ਹੈ ਵੀ ਜਦੋਂ ਕੋਈ ਵੀ ਪਾਰਟੀ ਹੈਗੀ ਜਦੋਂ ਵਿਰੋਧ ਦੇ ਵਿੱਚ ਚਲ ਜਾਂਦੀ ਨਾ, ਜਦੋਂ ਸਰਕਾਰ ਹੁੰਦੀ ਉਦੋਂ ਨਹੀਂ, ਜਦੋਂ ਵਿਰੋਧੀ ਪਾਰਟੀ ਬਣ ਜਾਂਦੀ ਉਹਦੇ ਕੋਲ ਸਾਰੇ ਹੱਲ ਹੋ ਜਾਂਦੇ ਆ, ਸਾਰੇ ਹੱਲ ਉਹਦੇ ਕੋਲ ਚਲ ਜਾਂਦੇ ਆ। ਪਰ ਜਦੋਂ ਫਿਰ ਸਰਕਾਰ ਬਣ ਜਾਂਦੀ ਆ, ਫਿਰ ਉਹ ਜਿਹੜੇ ਹੱਲ ਨੇ, ਪ੍ਰੋਬਲਮਾਂ ਦੇ ਹੱਲ ਨੇ, ਉਹ ਦੂਜੇ ਵਿਰੋਧੀ ਕੋਲ ਚਲ ਜਾਂਦੇ ਆ। ਜਦੋਂ ਵਿਰੋਧ ਦੇ ਵਿੱਚ ਹੋ ਤੁਸੀਂ ਤਾਂ ਉਦੋਂ 4 ਹਫ਼ਤਿਆਂ 'ਚ ਨਸ਼ਾ ਵੀ ਬੰਦ ਕਰ ਦਿਓਗੇ, ਰੁਜ਼ਗਾਰ ਵੀ 1 ਮਹੀਨੇ ਦੇ ਵਿੱਚ ਵਿੱਚ ਦੇ ਦਿਓਗੇ, ਸਮਾਰਟਫੋਨ ਵੀ ਵੰਡ ਦਿਓਗੇ, ਸਾਰਾ ਕੁਛ ਕਰ ਦਿਓਗੇ। ਪਰ ਉਸ ਤੋਂ ਬਾਅਦ ਫਿਰ ਠੱਪ ਹੋ ਜੂਗਾ, ਫਿਰ ਵੋਟਾਂ ਤੋਂ ਸਾਲ ਕੁ ਪਹਿਲਾਂ ਫਿਰ ਸ਼ੁਰੂ ਹੋ ਜਾਂਦਾ, ਇੰਨੇ ਆਪਾਂ ਸਮਾਰਟਫੋਨ ਦੇ ਦਈਏ, ਇੰਨੇ ਆਹ ਕਰ ਦਈਏ, ਇੰਨੇ ਆਹ ਕਰ ਦਈਏ, ਇੰਨੇ ਆਹ ਕਰ ਦਈਏ। ਇਹ ਕਿਸੇ ਇੱਕ ਸਰਕਾਰ ਦੀ ਮੈਂ ਗੱਲ ਨਹੀਂ ਕਰਦਾ, ਸਾਰੀਆਂ ਸਰਕਾਰਾਂ ਜਿਹੜੀਆਂ ਆਉਂਦੀਆਂ ਨੇ ਇਹ ਹੁੰਦੀਆਂ ਨੇ, ਅਤੇ ਬੰਦ ਦੀ ਗੱਲ ਕਰਦੇ। ਹੁਣ ਭਾਰਤ ਬੰਦ ਹੋਇਆ, 25 ਕਰੋੜ ਲੋਕਾਂ ਨੇ ਕਹਿੰਦੇ ਇਹਦੇ 'ਚ ਹਿੱਸਾ ਲਿਆ, 25 ਕਰੋੜ ਲੋਕਾਂ ਦੇ ਵਿੱਚ ਕੌਣ ਸੀਗੇ ਉਹ, ਕੌਣ ਨਹੀਂ ਸੀਗੇ ਇਹ ਪਤਾ ਨਹੀਂ, ਪਰ 25 ਕਰੋੜ ਲੋਕਾਂ ਦੇ ਵਿੱਚ ਪਰੇਸ਼ਾਨ ਕਿੰਨੇ ਕਰੋੜ ਹੋਏ ਹੋਣੇ ਆ ਇਹ ਵੀ ਕਿਸੇ ਨੂੰ ਪਤਾ ਨਹੀਂ। ਕਿਹਨਾਂ ਦਾ ਮਰੀਜ਼ ਜਿਹੜਾ ਉਹ ਰਾਹ ਦੇ ਵਿੱਚ ਦਮ ਤੋੜਿਆ ਹੋਣਾ ਇਹਨਾਂ ਬੰਦ ਵਿੱਚ, ਕਿਹਨਾਂ ਨੇ ਬੈਂਕਾਂ ਦੇ ਵਿੱਚੋਂ ਪ੍ਰੋਬਲਮ ਆਈ ਹੋਣੀ ਪੈਸੇ ਕਢਾਉਣ ਦੀ, ਕਿਹਨਾਂ ਨੂੰ ਹਸਪਤਾਲ ਜਾਣ ਵੇਲੇ ਉੱਥੇ ਕੁਛ ਨਹੀਂ ਮਿਲਿਆ ਹੋਣਾ, ਕਿਹਨਾਂ ਨੂੰ ਹੋਰ ਕਿੰਨਾ ਕੁਛ ਹੋਇਆ ਹੋਇਆ ਹੋਏਗਾ, ਇਸ ਗੱਲ ਦੀ ਕੋਈ ਜਾਣਕਾਰੀ ਨਹੀਂ। ਲੇਕਿਨ ਬੰਦ ਸਫਲ ਰਿਹਾ, ਭਾਰਤ ਬੰਦ ਸਫਲ ਰਿਹਾ। ਰਾਹੁਲ ਗਾਂਧੀ ਸਾਹਿਬ ਨੇ ਧੰਨਵਾਦ ਕੀਤਾ ਲੋਕਾਂ ਦਾ ਜੀ, ਬੰਦ ਕਰਨ ਵਾਲਿਆਂ ਦਾ। ਸੋ ਮੇਰਾ ਤੁਹਾਨੂੰ ਸਵਾਲ ਇਹ ਰਹੇਗਾ ਜੀ ਅੱਜ ਸਾਡੇ ਦਰਸ਼ਕਾਂ ਨੂੰ, ਆਪਾਂ ਖੋਤੀ ਦੀ ਗੱਲ ਕਰੀ ਜੇ ਮੁੜ ਘੁੜ ਵਿਓੜ ਥੱਲੇ ਆ ਜਾਂਦੀ ਹੈ, ਜਾਂ ਹੁਣ ਆਪਾਂ ਅੱਜ ਗੱਲ ਕਰ ਲਈਏ ਸੇਮ ਜੀ ਗੱਲ ਹੈਗੀ ਵੀ ਕੰਨ 'ਤੇ ਜੂੰ ਨਹੀਂ ਰੇਂਗਦੀ, ਇਹ ਹਾਲ ਜਿਹੜਾ ਉਸ ਪਤੀ ਪਤਨੀ ਵਾਲੇ ਰਹਿਣਾ ਜਿਹੜੇ 65 ਸਾਲ ਤੋਂ ਕਹਿੰਦੇ ਵੀ ਚਾਹ ਪੀਓਗੇ ਬਣਾ ਲੈ, ਪੀਓਗੇ ਬਣਾ ਲੈ, ਬਸ ਉਦੋਂ ਅੱਗੇ ਕੁਛ ਨਹੀਂ। ਅਤੇ ਇਹੀ ਹਾਲ ਸਾਡੇ ਬੰਦ ਹੜਤਾਲਾਂ ਜਿਹੜੀਆਂ ਹੈਗੀਆਂ, ਇਹੀ ਹਾਲ ਮੇਰੇ ਹਿਸਾਬ ਨਾਲ ਇਹਨਾਂ ਦਾ ਰਹਿਣਾ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ, ਹੜਤਾਲਾਂ ਇਹ ਬੰਦ ਕੀ ਮਸਲਿਆਂ ਦਾ ਹੱਲ ਹੈਗਾ, ਜਾਂ ਸਿਰਫ ਇੱਕ ਸੁਰਖੀ ਬਣ ਕੇ ਜਿਹੜਾ ਰਹਿ ਜਾਂਦਾ ਅਤੇ ਉਹਨੂੰ ਚਾ ਖੁਸ਼ ਹੋ ਜਾਂਦੀ ਪਾਰਟੀ ਜਿਹਨੇ ਬੰਦ ਕਰਾਇਆ ਹੁੰਦਾ, ਕਿ ਕੀ ਇਹ ਹੀ ਆ? ਸੋ ਇਹ ਗੱਲਾਂ ਬਾਤਾਂ ਅੱਜ ਤੁਹਾਡੇ ਨਾਲ ਕਰਨੀਆਂ, ਬੰਦ ਹੜਤਾਲਾਂ ਧਰਨਿਆਂ ਨਾਲ ਤੁਹਾਡਾ ਵੀ ਵਾਹ ਪਿਆ ਹੋਏਗਾ ਬਹੁਤ,
ਕਦੇ ਫਸੇ ਹੋਵੋਗੇ ਪੰਜਾਬ ਦੇ ਵਿੱਚ। ਮੈਨੂੰ ਦੂਜੀ ਗੱਲ ਇੱਧਰਲੀ ਸਮਝ ਨਹੀਂ ਆਉਂਦੀ, ਮਤਲਬ ਪੰਜਾਬ ਦੀ ਭਾਰਤ ਦੀ ਗੱਲ ਛੱਡੀਏ, ਇੱਧਰਲੀ ਸਮਝ ਨਹੀਂ ਆਉਂਦੀ ਵੀ ਇੱਧਰਲੇ ਮੁਲਕਾਂ 'ਚ ਲੋਕ ਕਿਉਂ ਨਹੀਂ ਬੰਦ ਕਰਵਾਉਂਦੇ, ਕਿਉਂ ਨਹੀਂ ਹੜਤਾਲਾਂ ਕਰਦੇ, ਕਿਉਂ ਨਹੀਂ ਨਾਅਰੇ ਲਾਉਂਦੇ ਟਰੰਪ ਦੇ ਖਿਲਾਫ਼, ਜਾਂ ਕਿਉਂ ਨਹੀਂ ਨਾਅਰੇ ਲਾਉਂਦੇ ਇਸ ਪ੍ਰਸ਼ਾਸਨ ਦੇ ਖਿਲਾਫ਼, ਮੁਰਦਾਬਾਦ ਜਿੰਦਾਬਾਦ, ਕਿਉਂ ਨਹੀਂ ਇੱਧਰਲੇ ਮੁਲਕ ਟੈਂਕੀਆਂ 'ਤੇ ਚੜ੍ਹਦੇ ਬੰਦੇ ਹੈ? ਇਹ ਫਰਕ ਨਹੀਂ ਸਮਝ ਆਇਆ ਹਜੇ ਤੱਕ। ਜਿੱਦਣ ਇਹ ਫਰਕ ਸਮਝ ਆ ਗਿਆ, ਜਾਂ ਜਿੱਦਣ ਫਰਕ ਮਿਟ ਗਿਆ, ਤਾਂ ਉਦਣ ਫਿਰ ਕੀ ਅਮਰੀਕਾ ਅਤੇ ਕੀ ਭਾਰਤ ਅਤੇ ਕੀ ਪੰਜਾਬ ਅਤੇ ਕੀ ਕੈਨੇਡਾ, ਸਾਰਾ ਕੁਝ ਮੇਰੇ ਹਿਸਾਬ ਨਾਲ ਇੱਕੋ ਜਿਹਾ ਹੋ ਜਾਏਗਾ। ਸੋ ਕੀ ਵਿਚਾਰ ਨੇ ਤੁਹਾਡੇ ਇਹਨਾਂ ਬੰਦਾਂ ਬਾਰੇ, ਇਹਨਾਂ ਹੜਤਾਲਾਂ ਬਾਰੇ? ਵੈਸੇ ਬੰਦ ਦੀ ਗੱਲ ਕਰੀਏ ਤਾਂ ਬੰਦ ਪਹਿਲਾਂ ਇੱਕ ਸੂਈ ਦਾ ਹੁੰਦਾ ਸੀਗਾ, 20 ਪੈਸੇ ਦਾ ਹੁੰਦਾ ਸੀ, ਉਦੋਂ 20-50 ਪੈਸੇ ਦਾ, ਮੇਰੇ ਖਿਆਲ ਬੰਦ ਜਿਹਨੂੰ ਡਬਲ ਰੋਟੀ ਕਹਿੰਦੇ, ਸੁੱਕਿਆ ਹੋਇਆ ਐਨ ਜਿਹੜਾ ਹੁੰਦਾ ਸੀ, ਬੜੇ ਸਵਾਦ ਨਾਲ ਖਾਂਦੇ ਹੁੰਦੇ ਸੀ, ਬੰਦ ਖਾਧਾ। ਠੀਕ ਹੈ ਜੀ। ਹੁਣ ਜਿਹੜੇ ਇਹ ਬੰਦ ਨੇ, ਇਹਨਾਂ ਦਾ ਬਾਅਦ 'ਚ ਪਤਾ ਲੱਗਾ ਵੀ ਇਹ ਭਾਰਤ ਬੰਦ ਵੀ ਹੁੰਦਾ ਅਤੇ ਪੰਜਾਬ ਬੰਦ ਵੀ ਹੁੰਦਾ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ? ਧਰਨਿਆਂ ਬਾਰੇ, ਹੜਤਾਲਾਂ ਬਾਰੇ, ਟੈਂਕੀਆਂ 'ਤੇ ਚੜ੍ਹੇ ਹੋਏ ਮਾਸਟਰਾਂ ਡਾਕਟਰਾਂ ਬਾਰੇ, ਜਾਂ ਫਿਰ ਜਿਹੜੇ ਬੰਦ, ਭਾਰਤ ਬੰਦ ਪੰਜਾਬ ਬੰਦ ਹੁੰਦੇ ਨੇ, ਕੀ ਇਹ ਸਮੱਸਿਆਵਾਂ ਦਾ ਹੱਲ ਹੈਗੇ ਆ ਜਾਂ ਸਿਰਫ ਜਿੰਦਾਬਾਦ ਮੁਰਦਾਬਾਦ ਤੱਕ ਹੀ ਸੀਮਿਤ ਨੇ? ਬ੍ਰੇਕ ਤੋਂ ਬਾਅਦ ਕਰਾਂਗੇ ਗੱਲਬਾਤ ਦੁਬਾਰਾ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ। ਅਤੇ ਗੱਲਬਾਤ ਜਿਹੜੀ ਅੱਜ ਚੱਲ ਰਹੀ ਹੈ, ਪਤਾ ਹੀ ਹੈ, ਜਿਹੜਾ ਭਾਰਤ ਦੇ ਵਿੱਚ ਅਕਸਰ ਹੁੰਦਾ, ਕੋਈ ਨਵੀਂ ਚੀਜ਼ ਨਹੀਂ ਹੈ ਭਾਰਤ ਵਾਸਤੇ। ਇੱਧਰਲੇ ਮੁਲਕਾਂ ਦੇ ਵਿੱਚ ਸ਼ਾਇਦ ਸਟ੍ਰਾਈਕ ਵਗੈਰਾ ਮਾੜੀ ਮੋਟੀ ਹੁੰਦੀ ਹੋਊਗੀ ਮਹਿਕਮਿਆਂ ਦੇ ਵਿੱਚ, ਪਰ ਜਿਸ ਹਿਸਾਬ ਦੀ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਹੁੰਦੀ ਹੈ, ਤਾਂ ਉਸ ਹਿਸਾਬ ਦੀ ਨਹੀਂ ਹੁੰਦੀ। ਉੱਥੇ ਤਾਂ ਪਾਕਿਸਤਾਨ ਦੇ ਵਿੱਚ ਵੀ ਹੁੰਦੀ ਹੈ, ਉੱਥੇ ਤਾਂ ਉਹ ਮਹਿਕਮੇ ਵੀ ਹੜਤਾਲ ਕਰਕੇ ਬਹਿ ਜਾਂਦੇ, ਜਿਹਨਾਂ ਦਾ ਹੜਤਾਲ ਕਰਨਾ ਬਣਦਾ ਹੀ ਨਹੀਂ। ਚਲੋ, ਪਰ ਹੜਤਾਲਾਂ ਦੀ ਗੱਲ ਚੱਲਦੀ ਹੈ, ਧਰਨਿਆਂ ਦੀ ਗੱਲ ਚੱਲਦੀ ਹੈ, ਅਤੇ ਭਾਰਤ ਬੰਦ ਪੰਜਾਬ ਬੰਦ ਦੀ ਗੱਲ ਚੱਲਦੀ ਹੈ। ਦਵਿੰਦਰ ਹੂਠੀ ਸਾਹਿਬ ਕੀ ਲੈ ਕੇ ਆਏ ਨੇ ਇਸ ਬੰਦ ਦੇ ਉੱਪਰ, ਦੇਖਦੇ ਕਿਹੜਾ ਬੰਦ ਲਿਆਏ ਨੇ ਅਤੇ ਜਾਮ ਕਿਹੜਾ ਲਾਇਆ ਹੋਇਆ ਉਹਨੂੰ। ਹੂਠੀ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਥੈਂਕ ਯੂ ਭਾਜੀ, ਸਤਿ ਸ਼੍ਰੀ ਅਕਾਲ। ਆ ਜਿਹੜਾ ਬੰਦ ਵਾਲਾ ਮਸਲਾ ਨਾ ਭਾਜੀ, ਇਹ ਤੇ ਮਤਲਬ ਕਿ ਜਦੋਂ ਦੇ ਆਪਾਂ ਜੰਮੇ ਆ, ਸੁਰਤ ਸੰਭਾਲੀ ਆ, ਉਦੋਂ ਦੇ ਸੁਣਦੇ ਜਾਂਦੇ ਆ। ਪਹਿਲਾਂ ਤਾਂ ਸਕੂਲ ਬੰਦ ਤੋਂ ਸ਼ੁਰੂ ਹੋਇਆ ਸੀ, ਕਿਤੋਂ ਤੇ ਅੱਜ ਕੁਝ ਸਕੂਲ ਬੰਦ ਤੋਂ ਨਿੱਕੇ ਹੁੰਦੇ ਸੀ, ਤੇ ਅੱਜ ਆਹ ਹੋ ਗਿਆ ਜੀ, ਤੇ ਅੱਜ ਆਹ ਕੰਮ ਆ, ਅੱਜ ਪਿੰਡ 'ਚ ਆਹ ਪ੍ਰੋਗਰਾਮ ਆ, ਅੱਜ ਕੇ ਮਾਸਟਰ ਦਾ ਵਿਆਹ ਆ, ਜਾਂ ਫਿਰ ਕਈਆਂ ਸਕੂਲਾਂ ਦੇ ਵਿੱਚ ਸਿਵੇ ਹੁੰਦੇ ਸੀ, ਅੱਜ ਪਿੰਡ ਦਾ ਕੋਈ ਬਜ਼ੁਰਗ ਮਰ ਕੇ ਆਇਆ ਉਹ ਫੂਕਣਾ। ਉਹ ਪਹਿਲਾਂ ਸਕੂਲ ਬੰਦ ਤੋਂ ਸ਼ੁਰੂ ਹੋਇਆ ਹਨਾ, ਤੇ ਫਿਰ ਜਿਉਂ ਜਿਉਂ ਵੱਡੇ ਹੁੰਦੇ ਗਏ, ਫਿਰ ਕਾਲਜਾਂ 'ਚ ਹੜਤਾਲਾਂ, ਸਟ੍ਰਾਈਕਾਂ, ਕਾਲਜ ਬੰਦ, ਤੇ ਬੱਸਾਂ ਬੰਦ, ਮੂਹਰੇ ਰੋਕਣੀਆਂ, ਤੇ ਉਹ ਬੰਦ ਤੋਂ ਬਾਅਦ ਬੰਦ ਕਰਦੇ ਰੇਲਾਂ ਬੰਦ, ਜਦੋਂ ਰੇਲਾਂ ਬੰਦ, ਸੜਕਾਂ ਦੇ ਲੋਕੀ, ਅਸਲ ਦੇ ਵਿੱਚ ਜਿਹੜੀ ਚੀਜ਼ ਹੁਣ ਤੱਕ ਸਿੱਖੀ ਆ, ਜਿਹੜੀ ਕਿ ਡਿਸਕਸ ਕਰਨੀ ਜ਼ਰੂਰੀ ਆ, ਉਹ ਆ ਵੀ ਬੰਦ, ਜਿਹੜਾ ਬੰਦਾ ਤਾਕਤਵਰ ਹੁੰਦਾ ਕੋਈ ਵੀ ਹੋਵੇ, ਉਹ ਆਪਣਾ ਕੰਮ ਕਰਦਾ ਰਹਿੰਦਾ। ਬੰਦ ਕਰਨ ਕਰਾਉਣ ਦੇ ਵਿੱਚੋਂ ਕਦੀ ਕਿਸੇ ਨੇ ਕੁਛ ਕੱਢਿਆ? ਜਿੱਥੋਂ ਤੱਕ ਮੈਨੂੰ ਪਤਾ, ਬਹੁਤੀ ਵਾਰੀ ਕੀ ਹੁੰਦਾ, ਜਿਹੜੇ ਮੂਹਰਲੇ ਲੀਡਰ ਹੁੰਦੇ ਨਾ, ਉਹ ਅੰਦਰ ਖਾਤੇ ਆਪਣਾ ਨਿੱਜੀ ਸਵਾਰਥ ਪੂਰਾ ਕਰ ਜਾਂਦੇ ਆ। ਨਹੀਂ, 99% ਇਹੀ ਹੈ, 99% ਕਈ ਵਾਰੀ ਨਹੀਂ, ਹਾਂਜੀ, ਉਹ ਆਪਣਾ ਨਿੱਜੀ ਸਵਾਰਥ ਪੂਰਾ ਕਰ ਜਾਂਦੇ ਆ। ਜਿਹੜੇ ਤੇਰੇ ਮੇਰੇ ਵਰਗੇ ਪਿੱਛੇ ਹੁੰਦੇ ਆ, ਜਿੰਦਾਬਾਦ ਕਹਿੰਦਾ ਏ, ਤੇ ਉਹ ਉਹਨਾਂ ਨੂੰ ਕੁਛ ਨੀ, ਪੱਲੇ ਪੁੱਲੇ ਮਿਲਦਾ, ਡਾਂਗਾ ਡੂੰਗਾ ਪੁਲਸੀਆਂ ਖਾ ਕੇ, ਤੇ ਚੱਲ ਉਹ ਘਰ ਨੂੰ ਮੁੜ ਜਾਂਦੇ, ਮੁੜ ਕੇ 4 ਦਿਨ ਫਿਆਨ ਨੂੰ ਫੇਕ ਦਿੰਦੇ ਆ, ਜਾਂ ਨੂੰ ਫੇਰ ਕਿਤੇ ਨਾ ਕਿਤੇ ਬੰਦ ਦਾ ਫੱਦਾ ਆ ਜਾਂਦਾ। ਬਿਲਕੁਲ ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ ਜੀ। ਤੇ ਕਦੇ ਫਸੇ ਜਾਮ 'ਚ, ਬੰਦ 'ਚ, ਹੜਤਾਲ 'ਚ ਪੰਜਾਬ 'ਚ ਪਹਿਲਾਂ ਕਿ ਨਹੀਂ? ਵਿਚਾਰ ਰਿਹਾ ਇੱਧਰ ਆ ਕੇ ਬੱਸਾਂ ਦੇ, ਬੱਸਾਂ ਦੇ ਵਿੱਚ ਜਦੋਂ ਸਟ੍ਰਾਈਕਾਂ ਸਟਰੂਕਾਂ ਹੁੰਦੀਆਂ, ਕਾਲਜ ਰਾਹ ਰੋਕਿਆ ਹੁੰਦਾ, ਕਦੀ ਜਦੋਂ ਜਾਂਦੇ ਹੁੰਦੇ ਪੜ੍ਹ ਕਿਸੇ ਨੇ ਰਾਹ ਰੋਕਿਆ ਹੋਣਾ ਮੋਹਰੇ, ਜਾਂ ਕਿੱਦਾਂ ਮਾੜਾ ਮੋਟਾ ਹੁੰਦਾ, ਇੱਧਰ ਉੱਧਰ ਦੀ ਹੋ ਗਈ, ਥੋੜ੍ਹੀ ਚੜ੍ਹ ਵੱਧ ਹੋ ਗਈ, ਇੱਦਾਂ ਦੇ ਹਾਲਾਤ ਨਹੀਂ ਹੋਏ। ਅਤੇ ਜਿੱਦਾਂ ਹੁਣ ਤਾਂ ਦੇਖਿਆ ਬਾਹਲੇ ਵੱਡੇ ਵੱਡੇ ਧਰਨੇ ਲੱਗਦੇ ਅੱਜ ਕੱਲ੍ਹ, ਤਾਂ ਇੱਦਾਂ ਦੇ ਹਾਲਾਤ ਨਹੀਂ ਕਦੇ ਵਾਹ ਪਿਆ। ਮੈਂ ਕਿਹਾ ਜੀ, ਧਰਨੇ ਵਾਸਤੇ ਬੰਦੇ ਨੂੰ ਕਹਿੰਦਾ, ਧਰਨੇ ਵਾਸਤੇ ਜਿਵੇਂ ਨਾ ਈਵੈਂਟ ਮੈਨੇਜਮੈਂਟ ਕੰਪਨੀਆਂ ਬਣੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਵੀ ਹੁਣ, ਅੱਛਾ ਜੀ, ਜਾਂ ਭਾਰਤ ਦੇ ਵਿੱਚ, ਹਾਂਜੀ, ਵਿਆਹ ਕਰਾਉਣਾ, ਈਵੈਂਟ ਕਰਾਉਣੀ, ਕੋਈ ਮਰਗ ਦਾ ਕੋਈ ਕਰਨਾ ਵਾ, ਵੱਡਾ ਫੰਕਸ਼ਨ ਕਰਨਾ ਹੈ, ਉਵੇਂ ਹੀ ਇਹ ਧਰਨੇ ਬੰਦੇ ਦੇ ਕਿਰਾਏ ਤੇ ਦਿੰਦੇ ਨੇ ਧਰਨਿਆਂ ਵਾਸਤੇ। ਮਾਸਟਰ ਘੱਟ ਹੈ, ਮਾਸਟਰ ਘੱਟ ਹੈ, ਤੇ ਲੈ ਜਾਓ ਸਾਡੇ ਕੋਲੋਂ 20-30 ਮਾਸਟਰ ਚਾਹੀਦੇ ਜਿਹੜੇ। ਓ ਅੱਛਾ ਜੀ, ਉਹ ਜਿਹੜਾ ਲੀਡਰਾਂ ਦੀਆਂ ਰੈਲੀਆਂ ਵਿੱਚ ਵੀ ਉੱਥੇ ਜਾਂਦੇ ਹਨਾ? ਉੱਥੇ ਵੀ ਜਾ, ਉੱਥੇ ਤਾਂ ਹੈ, ਉੱਥੇ ਤਾਂ ਪਤਾ ਹੀ ਹੈ, ਪਊਏ ਇਹਦੇ ਤੇ ਜਾਂਦੇ, ਕਈ ਤਾਂ ਕਈ ਫਿਰ ਪੈਸੇ ਲੱਗ ਜਾਂਦੇ। ਚਲੋ ਆਪਾਂ ਕਵਿਤਾ ਵਾਲਾ, ਦਵਿੰਦਰ ਮਾੜਾ ਜਿਹਾ ਹੋਲਡ ਰੱਖਿਓ, ਕਾਲਾਂ ਬਹੁਤ ਜ਼ਿਆਦਾ, ਅੱਜ ਤਾਂ ਹਜੇ ਮੈਂ ਇੱਦਾਂ ਦੀ ਗੱਲ ਵੀ ਨਹੀਂ ਕੀਤੀ। ਹਾਂਜੀ ਦਵਿੰਦਰ ਜੀ, ਹਾਂਜੀ 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 ਹਾਂਜੀ, ਕੀ ਕਹਿੰਦੀ ਕਵਿਤਾ? ਆਪਾਂ ਕਵਿਤਾ ਕਹਿੰਦੀ ਆ ਵੀ ਇੰਡੀਆ ਦੇ ਵਿੱਚ ਨਵੇਂ ਨਵੇਂ ਨੇ ਤੇ ਚੜ੍ਹਦੇ ਰਹਿੰਦੇ ਚੰਦ, ਤੀਜੇ ਇੱਕ ਦਿਨ ਕਰ ਦਿੰਦੇ ਆ ਚੱਕ ਕੇ ਭਾਰਤ ਬੰਦ।
ਇਹਦਾ ਟੁੱਟੇ ਭੱਜੇ ਲੀਡਰਾਂ ਨੂੰ ਇਹ ਵਧੀਆ ਤਰੀਕਾ ਲੱਭਾ ਆਪਣੇ ਨਿੱਜੀ ਸਵਾਰਥਾਂ ਦੇ ਲਈ ਭਾਰਤ ਬੰਦ ਦਾ ਸੱਦਾ। ਜੇ ਕੋਈ ਕਰੇ ਨਾ ਬੰਦ ਦੁਕਾਨਾਂ ਧੱਕੇ ਨਾ ਬੰਦ ਕਰਵਾਉਂਦੇ ਤੇ ਐਂਬੂਲੈਂਸ ਦੇ ਫੜੇ ਸਭ ਕੁਛ ਰੁਕ ਜਾਵੇ ਜਦੋਂ ਸੜਕ ਚ ਧਰਨਾ ਲਾਉਂਦੇ। ਬਹੁਤ ਆਹ ਮਾੜੀ ਗੱਲ ਹੈ ਨਾ। ਤੇ ਜਦੋਂ ਫਿਰ ਗੰਦੇ ਪਾਣੀ ਦੀਆਂ ਹੋਣ ਪਿਛਾੜਾਂ ਫਿਰ ਉੜ ਜਾਣ ਲਾ ਕੇ ਖੰਭ ਤੀਜੇ ਦਿਨ ਕਰ ਦਿੰਦੇ ਆ ਚੱਕ ਕੇ ਭਾਰਤ ਬੰਦ। ਪਹਿਲਾਂ ਕਿਹੜਾ ਉਸ ਦੇਸ਼ ਨੇ ਤਰੱਕੀ ਦੇ ਰਿਕਾਰਡ ਤੋੜੇ ਜਿਨ੍ਹਾਂ ਬਣਦੇ ਤੁਸੀਂ ਲੀਡਰ ਹੋ ਰਾਹਾਂ ਦੇ ਵਿੱਚ ਰੋੜੇ। ਪਹਿਲਾਂ ਕਿਹੜਾ ਉਸ ਦੇਸ਼ ਨੇ ਤਰੱਕੀ ਦੇ ਰਿਕਾਰਡ ਤੋੜੇ ਜਿਹੜਾ ਬਣਦੇ ਤੁਸੀਂ ਲੀਡਰ ਹੋ ਰਾਹਾਂ ਦੇ ਵਿੱਚ ਰੋੜੇ। ਨਾ ਉਹਨਾਂ ਕੁਝ ਦੇਣਾ ਹੁੰਦਾ ਨਾ ਮੰਨਣੀ ਹੁੰਦੀ ਕੋਈ ਮੰਗ। ਐਡੀ ਛੇਤੀ ਸਾਫ ਨੀ ਹੋਣਾ ਪਿਆ ਜਿਹੜਾ ਗੰਦ ਐਡੀ ਛੇਤੀ ਸਾਫ ਨੀ ਹੋਣਾ ਪਿਆ ਜਿਹੜਾ ਗੰਦ ਤੀਜੇ ਦਿਨ ਕਹਿ ਦਿੰਦੇ ਆ ਕਰ ਦੋ ਭਾਰਤ ਬੰਦ ਬੰਦ ਕਰ ਦੋ ਭਾਰਤ ਬੰਦ। ਆਖਰੀ ਸ਼ੇਰ ਹੈ ਅੰਨਾ ਹਜ਼ਾਰੇ ਨੇ ਕਿਸੇ ਸਮੇਂ ਸੀ ਚੰਗਾ ਬਈ ਗਾ ਪਾਇਆ। ਅੰਨਾ ਹਜ਼ਾਰੇ ਨੇ ਕਿਸੇ ਸਮੇਂ ਸੀ ਬਈ ਚੰਗਾ ਸੀਗਾ ਪਾਇਆ ਰਾਮਦੇਵ ਨੂੰ ਨਾਲ ਰਲਾ ਕੇ ਪੂਰਾ ਦੇਸ਼ ਹਿਲਾਇਆ। ਸਹੀ ਹੈ। ਤੇ ਲੋਕਾਂ ਨੂੰ ਵੀ ਸੀ ਲੱਗਣ ਲੱਗ ਪਿਆ ਵੀ ਹੁਣ ਬਦਲ ਜਾਣੀ ਸਾਡੀ ਤਕਦੀਰ ਬਸ ਇੱਕ ਵਾਰੀ ਸਰਕਾਰ ਬਦਲ ਜਾਏ ਰੋਜ਼ ਮਿਲੂਗੀ ਖੀਰ। ਠੀਕ ਹੈ। ਸਭ ਕੁਝ ਜਿੱਦਾਂ ਚਾਹੁੰਦੇ ਸੀ ਸਭ ਓਦਾਂ ਹੀ ਹੋ ਗਿਆ ਜਿੱਦਾਂ ਚਾਹੁੰਦੇ ਸੀ ਸਭ ਓਦਾਂ ਹੀ ਹੋ ਗਿਆ ਹੁਣ ਚੂਪ ਲੋ ਅੰਬ ਤੀਜੇ ਕਿਤੇ ਕਹਿ ਦਿੰਦੇ ਚਾਚੇ ਕਰ ਦੋ ਭਾਰਤ ਬੰਦ ਕਰ ਦੋ ਭਾਰਤ ਬੰਦ। ਇਹ ਨਾ ਸਾਰਾ ਕੁਛ ਦਵਿੰਦਰ ਜਿਹੜਾ ਹੈਗਾ ਉਹ ਚੀਜ਼ ਗੱਲ ਉੱਥੇ ਹੀ ਆ ਗਈ। ਅੱਜ ਕੇਜਰੀਵਾਲ ਦਾ ਬਿਆਨ ਸੁਣ ਰਿਹਾ ਸੀ ਉਹ ਕਹਿੰਦਾ ਜੀ ਦਿੱਲੀ ਸਰਕਾਰ ਜਿਹੜੀ ਸੈਂਟਰ ਦੇ ਅੰਡਰ ਹੈ ਦਿੱਲੀ ਪੁਲਿਸ ਜਿਹੜੀ ਆ ਸੈਂਟਰ ਸਰਕਾਰ ਦੇ ਅੰਡਰ ਰਹਿੰਦੀ ਠੀਕ ਹੈ ਯੂਨੀਅਨ ਟੈਰੀਟਰੀ ਕਰਕੇ। ਉਹ ਕਹਿੰਦੇ ਜੀ ਪੁਲਿਸ ਨੂੰ ਉੱਪਰੋਂ ਆਰਡਰ ਆਇਆ ਵੀ ਤੁਸੀਂ ਜਦੋਂ ਦੰਗੇ ਹੁੰਦੇ ਕਿਤੇ ਉੱਥੇ ਨਹੀਂ ਜਾਣਾ ਜਦੋਂ ਚੱਲ ਜਾਂਦੇ ਆ ਤੇ ਉਦੋਂ ਬਾਅਦ ਉੱਥੇ ਜਾਣਾ ਉਦੋਂ ਬਾਅਦ ਫੜਨਾ ਜਾ ਕੇ ਕੀ ਕਰ ਲਓ ਲੀਡਰਾਂ ਦਾ ਕੋਈ ਸਾਡੇ ਲੀਡਰਾਂ ਦਾ ਕੀ ਕਰ ਲੂਗਾ। ਤੇ ਵੈਸੇ ਕਹਿੰਦੇ ਵੀ ਉਹ ਦਿੱਲੀ ਦਾ ਜਿਹੜਾ ਲਾਲ ਕਿਲ੍ਹਾ ਨਾ ਹਾਂਜੀ ਉਹਦੇ ਜਿਹੜੇ ਕਬੂਤਰ ਨੇ ਉਹ ਪਾਉਣ ਨੂੰ ਫਿਰਦੇ ਨੇ ਸ਼ਿਕਾਇਤ ਕੋਰਟ ਦੇ ਵਿੱਚ ਦਾ ਪਾਉਣ ਨੂੰ ਫਿਰਦੇ ਨੇ ਬਈ ਉਹ ਨਾਰੇ ਫੜ ਫੜ ਕੇ ਮਨ ਲੱਗ ਗਿਆ। ਉਹ ਕਹਿੰਦੇ ਜੀ ਵੀ ਉਹ ਕਹਿੰਦੇ ਵੀ ਜਿਹੜਾ ਵੀ ਲੀਡਰ ਆਉਂਦਾ ਉਹ ਇਹੀ ਕਹਿੰਦਾ ਹਮੇਂ ਵੋਟ ਦਿਓ ਹਮ ਦੇਸ਼ ਕੀ ਤਕਦੀਰ ਬਦਲ ਦੇਂਗੇ ਹਮੇਂ ਪ੍ਰਧਾਨ ਮੰਤਰੀ ਬਣਾਓ ਦੁਬਾਰਾ ਫਿਰ ਹਮ ਦੇਸ਼ ਕੀ ਤਕਦੀਰ ਬਦਲ ਦੇਂਗੇ। ਉਹ ਕਹਿੰਦੇ ਜੀ ਕਬੂਤਰ ਤਕਦੀਰ ਬਦਲਣ ਨਾ ਬਦਲਣ ਘੱਟੋ ਘੱਟ ਆਪਣਾ ਭਾਸ਼ਣ ਬਦਲ ਲੈਣ ਮਾੜੀ ਮੋਟੀ ਇੱਕ ਲੈਣ ਬਦਲ ਦਿੰਦੇ ਆ ਮੌਕੇ ਦੇ ਹਾਲਾਤ ਦੇ ਹਿਸਾਬ ਨਾਲ ਬਾਕੀ ਉਹੀ ਬਣੀਆਂ ਬਣਾਈਆਂ ਗੱਲਾਂ ਤੇ ਉਹ ਚੱਲੀ ਜਾਣਾ ਹਜੇ ਲੱਗਦਾ ਹਜੇ ਕਾਫੀ ਦੇਰ ਹਜੇ ਚੱਲੂਗਾ। ਚਲੋ ਖੈਰ ਠੀਕ ਹੈ ਸਭ ਦਵਿੰਦਰ ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਭਾਜੀ ਬਹੁਤ ਮਿਹਰਬਾਨੀ ਜੀ। ਉਹ ਜੀ ਦਵਿੰਦਰ ਹੋਠੀ ਤੋਂ ਬਾਅਦ ਮੇਰੇ ਖਿਆਲ ਕਾਲ ਇੱਕ ਅੱਧੀ ਲੈ ਲੈਂਦੇ ਹਾਂ ਬਾਕੀ ਮੈਂ ਬਾਅਦ 'ਚ ਲਵਾਂਗਾ। ਕਾਲਾਂ ਤੁਹਾਡੀਆਂ ਕਾਫੀ ਆਈਆਂ ਹੋਈਆਂ ਕਾਲਾਂ ਦਾ ਸਿਲਸਿਲਾ ਆਪਾਂ ਸ਼ੁਰੂ ਕਰ ਲੈਂਦੇ ਹਾਂ ਅਤੇ ਬਾਕੀ ਬ੍ਰੇਕ ਤੋਂ ਬਾਅਦ ਕੀ ਵਿਚਾਰ ਨੇ ਤੁਹਾਡੇ ਇਹ ਬੰਦ ਹੜਤਾਲਾਂ ਧਰਨੇ ਮੁਜ਼ਾਹਰੇ ਟੈਂਕੀਆਂ 'ਤੇ ਚੜ੍ਹਨਾ ਇਹਦੇ ਬਾਰੇ ਕੀ ਵਿਚਾਰ ਨੇ ਕਿਉਂ ਇਹ ਸਾਡੇ ਉੱਧਰਲੇ ਮੁਲਕਾਂ ਦੇ ਵਿੱਚ ਹੀ ਆ ਖਾਸ ਤੌਰ 'ਤੇ ਭਾਰਤ ਦੇ ਵਿੱਚ ਹੀ ਹੈ ਬਾਕੀ ਮੁਲਕਾਂ ਦੇ ਵਿੱਚ ਕਿਉਂ ਨਹੀਂ ਹੈ। ਹੈਲੋ 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 ਸਤਿ ਸ਼੍ਰੀ ਅਕਾਲ ਜਗੀਰ ਜੀ। ਸਤਿ ਸ਼੍ਰੀ ਅਕਾਲ ਜੀ ਮਨਜੀਤ ਸਿੰਘ ਜੀ। ਜਿਹੜੇ ਨਾ ਆਪਣੇ ਇੱਥੇ ਮੁਜ਼ਾਹਰੇ ਹੁੰਦੇ ਆ ਤਕਰੀਬਨ ਇਹ ਸਾਰੇ ਲੀਡਰ ਜਿਹੜੇ ਬੰਦੇ ਨੂੰ ਮੂਹਰੇ ਗਾਹਾਂ ਰੱਖਿਓ ਆਪਣੇ ਕਰਿੰਦੇ ਜਿੰਨੇ ਦਿਹਾੜੀ ਦਾ ਤੈਨੂੰ ਪਤਾ ਆਪਣੇ ਉੱਥੇ ਵਿਹਲੜ ਬੰਦੇ ਬਸੇਰੇ ਆ ਬਸ ਜੇ ਸਾਨੂੰ ਅੱਸੀ ਲਿਆਏ ਤਾਂ ਸੌ ਸੌ ਚੱਕੋ ਦਿਹਾੜੀ ਦੇ ਬੱਸਾਂ ਭਰ ਭਰ ਕੇ ਪੈ ਜਾਣੀਆਂ ਜਿਹਨਾਂ ਨੂੰ ਪਤਾ ਹੀ ਨੀ ਹੁੰਦਾ ਵੀ ਮਾਜਰਾ ਕੀ ਹੈ ਤੇ ਅਸੀਂ ਕਾਹਦੇ ਵਾਸਤੇ ਇੱਥੇ ਆਏ ਹਾਂ ਉਹਨਾਂ ਨੇ ਪੈਸੇ ਲੈ ਕੇ ਤੇ ਪਤਾ ਹੀ ਨੀ ਹੁੰਦਾ ਵੀ ਕਿਹਦੇ ਖਿਲਾਫ਼ ਬੋਲਣਾ ਕਿਹਦੇ ਨਹੀਂ ਬੋਲਣਾ। ਨਹੀਂ ਨਹੀਂ ਉਹ ਮੈਂ ਪ੍ਰੋਪਰਟੀ ਬਣਾਈ ਹੈ ਉੱਥੇ ਕਾਫੀ ਆਪ ਖੁਦ ਜਾ ਕੇ ਹਨਾ ਕੰਮ ਕਰਵਾਇਆ ਕਈ ਵਾਰ ਤਿੰਨ ਚਾਰ ਲੇਬਰ ਆਉਣੇ ਨੀ ਮੈਂ ਕਹਿੰਦਾ ਤੁਸੀਂ ਕਿੱਥੇ ਗਏ ਮੁਜ਼ਾਹਰੇ ਦੇ ਗਏ ਕੀ ਕਰਨ ਗਏ ਕਹਿੰਦੇ ਪਤਾ ਨੀ ਸਾਨੂੰ ਦਿਹਾੜੀ ਬਣ ਕੇ ਪਤਾ ਨੀ ਪਤਾ ਨੀ। ਅੱਛਾ ਮਨਜੀਤ ਸਿੰਘ ਜੀ ਇੱਕ ਸਵਾਲ ਕਿ ਆਉਂਦਾ ਹੈ ਕਿ ਬਾਕੀ ਮੁਲਕਾਂ ਦੇ ਕਿਸੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੋਏਗਾ ਜਾਂ ਆਪਣੇ ਵਾਲੇ ਪਾਸੇ ਹੀ ਉੱਧਰ ਉੱਤੇ ਹੀ ਆ ਬਸ ਸਿਰਫ ਇਹ ਇੰਡੀਆ ਹੀ ਆਪਣੇ
ਇਹ ਬਾਹਰਲੇ ਮੁਲਕ ਲੋਕੀ ਬਿਜ਼ੀ ਆ, ਇੱਥੇ ਤੁਹਾਡੇ ਸਾਹਮਣੇ ਹੁਣ ਕੀ ਕੁਛ ਹੋ ਰਿਹਾ, ਫੇਰ ਵੀ ਲੋਕੀ ਕੁਰਕਦੇ ਆ, ਟਰੰਪ ਕੀ ਕਰ ਰਿਹਾ, ਕਦੇ ਕਦੇ ਜੋ ਕੁਛ ਹੋ ਹੀ ਜਾਂਦਾ ਠੀਕ ਆ ਨਾ, ਸਾਰੇ ਆਪੋ ਆਪਣਾ ਲੱਗੇ ਹੋਏ ਚੁੱਪ ਚਾਪ। ਅਗਲੇ ਇੱਥੇ ਪਤਾ ਕਰ, ਇੱਥੇ ਲੋਕੀ ਸੋਚਦੇ ਆ ਪੋਲਿਟਿਕਸ ਨੇ, ਇੱਥੇ ਪੋਲਿਟਿਕਸ ਨੇ ਚੱਲੀ ਜਾਣਾ, ਤੁਸੀਂ ਆਪਣੀ ਰੋਟੀ ਕਮਾਓ ਖਾਓ ਤੇ ਆਪਣਾ ਲਾਈਫ ਗੁਜ਼ਾਰੋ। ਜੀ ਬਿਲਕੁਲ, ਇੰਡੀਆ ਇੰਡੀਆ ਹੈਗੇ ਲੋਕੀ ਵਿਹਲੇ, ਉੱਥੇ ਕੰਮ ਕਾਰ ਕੋਈ ਹੈ ਨੀ, ਇਸ ਕਰਕੇ ਸਾਰੀ ਉੱਥੇ ਲੀਡਰ ਆ ਉਹ ਜਿਹੜੀ ਪਹਿਲੀ ਜਨਤਾ ਨੂੰ ਘੁਮਾਈ ਜਾਂਦੀ। ਹੋਰ ਕੋਈ ਇਹ ਮਜ਼ਾਰਿਆਂ ਦਾ ਕੋਈ ਸੈਂਸ ਨੀ ਬਣਦੀ, ਨਾ ਇਹ ਚੋਂ ਕੁਝ ਨਿਕਲਦਾ ਤੇ ਨਾ ਕਹਿ ਦੀਆਂ ਮੰਗਾਂ ਪੂਰੀਆਂ ਹੋਣੀਆਂ ਉੱਥੇ। ਹਾਂ ਮਤਲਬ ਇਹ ਸੁਣਦੇ ਸ਼ੁਰੂ ਤੋਂ ਹੀ ਆ ਰਹੇ ਆ, ਭਾਰਤ ਬੰਦ, ਰੇਲਾਂ ਬੰਦ, ਬੱਸਾਂ ਬੰਦ, ਤੇ ਕੀ ਉਹਦਾ ਕੋਈ ਅਸਰ ਹੁੰਦਾ ਕਦੇ, ਕਦੇ ਨਾ ਕਦੇ ਕੋਈ ਉਹਦਾ ਹੱਲ ਨਿਕਲਿਆ? ਕਦੇ ਵੀ ਨਹੀਂ ਨਿਕਲਿਆ, ਕਦੇ ਵੀ ਨਹੀਂ ਨਿਕਲਿਆ, ਸਿਰਫ ਉਹ ਸਿਰਫ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਹੈ। ਮੈਂ ਦੇਖਦਾ ਕਈ ਵਾਰ ਇੱਦਾਂ ਫਸਿਆ ਨਾ, ਕੋਈ ਕੰਮ ਗਿਆ ਇੰਡੀਆ ਜਾਂ ਕੁਛ, ਉਹ ਹਾਈਵੇ ਬੰਦ ਜਾਂ ਕੁਛ ਆ, ਉੱਥੇ ਜਾ ਕੇ ਦੇਖੀ ਦਾ ਹੁਣ ਕਿੱਧਰ ਨੂੰ ਜਾਣਾ, ਚਲੋ ਜੀ ਕੰਮ ਗਿਆ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਸੋ ਵੈਸੇ ਤਾਂ ਗੱਲ ਅਗਰ ਕਰੀਏ ਸਿਰਫ ਭਾਰਤ ਹੀ ਨਹੀਂ, ਕਿਤੇ ਵੀ ਅਸੀਂ ਜਾਂਦੇ ਹਾਂ, ਮੰਨ ਲਓ ਲੰਬੇ ਸਫ਼ਰ 'ਤੇ ਜਾਂਦੇ ਹਾਂ ਜਾਂ ਨੇੜੇ ਵੀ ਜਾਂਦੇ ਹਾਂ, ਤਾਂ ਅਸੀਂ ਅਕਸਰ ਗੱਲ ਕਰੀ ਦੀ ਹੈ, ਇੱਧਰ ਅਮੈਰੀਕਾ ਦੀ ਪੁਲਿਸ ਵੀ ਕਹਿੰਦੀ ਹੈ ਅਤੇ ਆਪਣੀ ਗੱਡੀ ਦੇ ਵਿੱਚ ਸਮਾਨ ਸਾਰਾ ਜ਼ਰੂਰ ਰੱਖ ਕੇ ਜਾਣਾ ਚਾਹੀਦਾ, ਕੋਈ ਪਤਾ ਨਹੀਂ ਕਿੱਥੇ ਲੰਬਾ ਸਮਾਂ, ਖਾਸ ਤੌਰ 'ਤੇ ਜੇ ਬੱਚੇ ਨਾਲ ਹੈ ਅਤੇ ਬੱਚਿਆਂ ਦਾ ਹਰ ਸਮਾਨ ਕੋਲ ਤੁਹਾਡੇ ਉੱਥੇ ਚਾਹੀਦਾ, ਖਾਣ ਪੀਣ ਦਾ, ਬੱਚਿਆਂ ਦਾ ਦੁੱਧ ਵਗੈਰਾ ਜਾਂ ਕੁਛ ਵੀ ਜੋ ਵੀ ਹੈਗਾ, ਅਸੀਂ ਕਈ ਵਾਰੀ ਔਖੇ ਸੌਖੇ ਟਾਈਮ ਕੱਢ ਲੈਂਦੇ ਹਾਂ, ਪਰ ਫਿਰ ਵੀ ਪਾਣੀ ਅਤੇ ਬਾਕੀ ਸਮਾਨ ਕਿਤੇ ਉੱਥੇ ਚਾਹੀਦਾ। ਇਹੀ ਹਾਲ ਸਾਡੇ ਭਾਰਤ ਦਾ ਹੈਗਾ, ਕੋਈ ਪਤਾ ਨਹੀਂ ਕਿੱਥੇ ਰੇਲਾਂ ਬੰਦ ਅਤੇ ਕਿੱਥੇ ਹਾਈਵੇ ਬੰਦ ਹੋ ਜਾਣਾ। ਸੋ ਆਪਣਾ ਪ੍ਰਬੰਧ ਜਿਹੜਾ ਸਾਨੂੰ ਪੂਰਾ ਕਰਕੇ ਜਾਣਾ ਚਾਹੀਦਾ। ਹੋਰ ਤੁਹਾਡੇ ਕੀ ਵਿਚਾਰ ਨੇ ਇਸ ਬੰਦ ਹੜਤਾਲਾਂ ਬਾਰੇ, ਧਰਨਿਆਂ ਬਾਰੇ? ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਲਵਾਂਗੇ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਅਤੇ ਕਾਲਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਕਰ ਚੁੱਕੇ ਹਾਂ, ਪਰ ਇਹੋ ਜਿਹੇ ਬੰਦ ਹੜਤਾਲਾਂ ਦੇ ਵਿੱਚ ਅਕਸਰ ਦੇਖਿਆ ਕਿ ਬਾਹਲੇ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ, ਰੈਲੀਆਂ ਦੇ ਵਿੱਚ ਵੀ ਅਸੀਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਨੇ ਵੀਡੀਓ, ਕਿ ਰੈਲੀਆਂ ਵਾਲਿਆਂ ਨੂੰ ਪੁੱਛਦੇ ਨੇ ਵੀ ਕਿਹੜੀ ਰੈਲੀ ਜਾਏ ਤੁਸੀਂ, ਕਹਿੰਦਾ ਜੀ ਹਮੇ ਤੋਂ ਪਤਾ ਨਹੀਂ ਬਾਬੂ ਜੀ, ਹਮਕੋ ਤੋਂ ਪੈਸਾ ਦੀਆ ਥਾ 150 ਰੁਪਈਆ, ਹਮ ਤੋਂ ਪਤਾ ਨਹੀਂ ਕਿਸ ਕਾ ਆਇਆ ਹੈ, ਜੇ ਝੰਡੀ ਪਕੜਾ ਦਿਆ ਹੈ, ਹਮ ਇਸ ਕੋ ਲੈ ਕੇ ਖੜੇ ਹੈ। ਇਹ ਵੀ ਹੁੰਦਾ, ਅਤੇ ਇੱਕ ਕਾਫੀ ਪੁਰਾਣੀ ਗੱਲ ਆ, ਉਦੋਂ ਹੜਤਾਲਾਂ ਬਹੁਤ ਚੱਲਦੀਆਂ ਸੀ ਮੰਡਲ ਕਮਿਸ਼ਨ ਦੇ ਖਿਲਾਫ, ਸਾਡਾ ਇੱਕ ਮੁੰਡਾ 16-17 ਸਾਲਾਂ ਦਾ ਮੁੰਡਾ, ਨਾ ਉਹਨਾਂ ਕੋਲ ਲੈਣ ਨਾ ਦੇਣ ਨਾ ਪੜ੍ਹਨਾ ਨਾ ਪੜ੍ਹਾਉਣਾ, ਅਤੇ ਉਹ ਮੂਹਰੇ ਨਾਅਰੇ ਲਾਉਂਦਾ ਸੀ ਮੂਹਰੇ, ਉਹਨੂੰ ਪੁੱਛਿਆ ਵੀ ਕੀ ਹੈ ਕੀ ਇਹ ਤੈਨੂੰ ਪਤਾ ਹੈ? ਨਹੀਂ, ਕਹਿੰਦਾ ਮੈਨੂੰ ਤਾਂ ਪਤਾ ਨਹੀਂ, ਉਹ 'ਚ ਵਧੀਆ ਲੱਗਦਾ, ਕਹਿੰਦਾ ਇੱਦਾਂ ਰੌਲਾ ਪਾਉਣਾ। ਇਹੋ ਜਿਹੇ ਲੋਕ ਬੜੇ ਹੁੰਦੇ ਆ ਇਹੋ ਜਿਹੇ ਮੌਕਿਆਂ ਦੇ ਵਿੱਚ। ਕੀ ਵਿਚਾਰ ਨੇ ਤੁਹਾਡੇ, ਕਾਲਾਂ ਲੈਂਦੇ ਫਟਾਫਟ ਜਾਣਦੇ ਤੁਹਾਡੇ ਵਿਚਾਰ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਧਿਆਨ ਫੋਨ ਵੱਲ ਨਹੀਂ ਹੈ ਜੀ, ਬੇਨਤੀ ਮੇਰੀ ਅਕਸਰ ਜਿਹੜੀ ਹੁੰਦੀ ਹੈ, ਸਾਰੇ ਹੀ ਕਰਦੇ ਹਾਂ ਅਸੀਂ ਬੇਨਤੀ, ਵੀ ਧਿਆਨ ਫੋਨ ਵੱਲ ਰੱਖੋ, ਨਹੀਂ ਤਾਂ ਫਿਰ ਕਾਲ ਕੱਟਣੀ ਪੈ ਜਾਂਦੀ ਹੈ। ਕਾਲਾਂ ਸ਼ੁਰੂ ਤੋਂ ਹੋਲਡ ਪਈਆਂ ਨੇ ਲਗਭਗ ਅੱਧੇ ਅੱਧੇ ਘੰਟੇ ਤੋਂ, ਸੋ ਕਿਰਪਾ ਕਰਕੇ ਫੋਨ ਵੱਲ ਧਿਆਨ ਦਿਓ ਜੀ, ਬੜੀ ਮਿਹਰਬਾਨੀ। ਹੈਲੋ, 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 ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਰ ਗਿਆਨ ਸਿੰਘ ਜੀ, ਸਵਾਗਤ ਬਹੁਤ ਬਹੁਤ ਜੀ ਜੀ ਸਰ। ਇਹ ਤਾਂ ਜੀ ਆਪਣੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਕਾਰਡ ਆ ਜੀ, ਸਤਿਆਗ੍ਰਹਿ ਓਨ ਕੀਤਾ ਸੀਗਾ, ਓਨ ਇਹ ਰਾਜ ਸਾਡੇ ਮੁਲਕ ਚ ਵੰਡਿਆ, ਠੀਕ ਨਹੀਂ? ਅੱਛਾ, ਉਸ ਤੋਂ ਪਹਿਲਾਂ ਮੇਰੇ ਖਿਆਲ ਨਹੀਂ ਸੀ ਇਹੋ ਜਿਹਾ ਕੁਛ? ਨਹੀਂ, ਇਹ ਮਹਾਤਮਾ ਗਾਂਧੀ ਦਾ ਕੰਮ ਹੈ ਜੀ। ਹਾਂਜੀ, ਚਲੋ, ਅਸੀਂ ਦੇਖਿਆ ਨਾ, ਇਹ ਤਾਂ ਥੋੜਾ ਸਮਾਂ ਦੇਖਿਆ ਵੀ ਨਾ ਪਾਰਟੀਸ਼ਨ ਬਿੱਲ ਦਾ ਵੀ। ਅੱਛਾ ਜੀ, ਇਹ ਉਹਦੀ ਉਹਦੀ ਕਾਰਡ ਆ। ਹਾਂਜੀ ਹਾਂਜੀ, ਉਹਦੇ ਚ ਇਹ ਆ ਵੀ ਹੁਣ ਉਹਦੇ ਚ ਫੇਰ ਜਿਹੜੇ ਦੇਖੋ ਨਾ, ਜਿਹੜੇ ਅਸੀਂ ਆਜ਼ਾਦੀ ਲੈ ਲਈ ਤੇ ਫੇਰ ਜਿਹੜੇ ਸਾਡੇ ਆਗੂ ਸੀਗੇ ਇਹਨਾਂ ਨੇ ਫਿਰ ਉਹ ਕਹਿੰਦਾ ਸੀ ਮੈਂ ਮੋਹਰੇ, ਉਹ ਕਹਿੰਦਾ ਮੈਂ ਮੋਹਰੇ, ਤੇ ਫਿਰ ਮੁਲਕ ਦੀ ਵੰਡ ਕਰਾਤੀ, ਉਹ ਕਾਹਦੇ ਪਿੱਛੇ ਕਰਾਤੀ, ਇਸੇ ਪਿੱਛੇ ਕਰਾਤੀ ਨਾ ਵੀ ਕੁਰਸੀ ਮੈਨੂੰ ਚਾਹੀਦੀ ਆ, ਲੱਖਾਂ ਲੋਕ ਸਾਡੇ ਮਾਰੇ ਗਏ, ਬੇਘਰੇ ਹੋ ਗਏ, ਨੁਕਸਾਨ ਲੋਕਾਂ ਦਾ ਹੀ ਹੋਇਆ ਨਾ, ਸੋ ਇਸ ਤਰ੍ਹਾਂ ਹੁਣ ਵੀ ਆ। ਹਾਂਜੀ, 10 ਲੱਖ ਲੋਕ ਮਰੇ ਸੀਗੇ ਜੀ, ਜਿਹਨੂੰ ਅਸੀਂ ਆਜ਼ਾਦੀ ਕਹਿੰਦੇ। ਹਾਂਜੀ, ਉਹ ਕੀ ਸੀ, ਦੋ ਬੰਦਿਆਂ ਦੀ ਲੜਾਈ ਤੇ ਇਹੀ ਸੀ, ਕੁਰਸੀ ਲੜਾਈ ਸੀ, ਹੋਰ ਗੱਲ ਕਿਹੜੀ ਸੀ, ਜੇ ਰਲ ਕੇ ਇੱਕੋ ਮੁਲਕ ਚਲਾ ਲੈਂਦੇ ਚਲਾ ਸਕਦੇ ਸੀ ਨਾ। ਹੁਣ ਹਾਂ ਦੇਖਣਾ, ਇਹ ਕਾ ਪਹਿਲੋਂ ਜਿਹੜਾ ਸਤਿਆਗ੍ਰਹਿ ਇਹ ਮਹਾਤਮਾ ਗਾਂਧੀ ਦੇਣ ਹੈ, ਅੱਗੇ ਫਿਰ ਹੁਣ ਲੀਡਰਾਂ, ਜਿਹੜੇ ਲੀਡਰਾਂ ਤੇ ਗੱਲ ਆ ਗਈ ਆ, ਹੁਣ ਲੀਡਰਾਂ ਤੋਂ ਫਰਕ ਕੋਈ ਨੀ ਪੈਂਦਾ, ਹੁਣ ਲੀਡਰ ਦੇ ਅੰਦਰ ਅੰਦਰ ਏਅਰ ਕੰਡੀਸ਼ਨ ਕਮਰਿਆਂ ਬੈਠੇ, ਉਹ ਥੋੜੋ ਸਤਿਆਗ੍ਰਹਿ ਦੇ ਵਿੱਚ ਜਾ ਕੇ ਧੱਕੇ ਖਾਂਦੇ ਜਾਂ ਪੁਲਿਸ ਦੀਆਂ ਡਾਂਗਾਂ ਖਾਂਦੇ ਆ, ਹੈ ਆਮ ਜਨਤਾ ਹੀ ਖਾਂਦੀ ਆ ਨਾ, ਹੈ ਤੇ ਆ ਜਾ ਕੇ ਨੁਕਸਾਨ ਜਗੀ ਸਾਹਿਬ ਫਾਇਦਾ ਹੋ, ਕਈ ਵਾਰੀ ਸਰਕਾਰ ਬਦਲ ਜਾਂਦੀ ਆ, ਇੰਨਾ ਕੀ ਫਾਇਦਾ ਹੁੰਦਾ ਹੈ ਸਰਕਾਰ, ਜਿਵੇਂ ਹੌਲੀ ਹੌਲੀ ਕਹਿੰਦੇ ਨਾ ਹੁਣ ਆਪਣਾ ਮੋਦੀ ਸਾਹਿਬ ਥੱਲੇ ਹੌਲੀ ਆ ਰਹੇ ਆ,
ਕਿੱਥੇ ਮੋਦੀ ਮੋਦੀ ਸੀ ਹਨਾ, ਏਦਾਂ ਸਰਕਾਰ ਬਦਲੀ ਸਰਕਾਰਾਂ ਬਦਲ ਜਾਂਦੀਆਂ, ਪਰ ਉਹ ਸਰਕਾਰਾਂ ਵੀ ਆ ਕੇ ਉਹਨੂੰ ਹੀ ਅੱਗੇ ਗਾਂ ਚਲਾਉਂਦੇ ਆ ਪਹਿਲੇ ਸਿਸਟਮ ਨੂੰ। ਕੁੱਲ ਮਿਲਾ ਕੇ ਅਗਰ ਇਹਦਾ ਫਾਇਦਾ ਵੀ ਹੈ ਜੀ ਤਾਂ ਲੀਡਰਾਂ ਨੂੰ ਜਾਂ ਆਮ ਜਨਤਾ ਨੂੰ, ਇਹਦਾ ਕੋਈ ਬਾਹਲਾ ਆਮ ਜਨਤਾ ਤੋਂ ਨਹੀਂ ਹੈਗਾ, ਆਮ ਅਸੀਂ ਦੇਖਿਆ ਸ਼ੁਰੂ ਤੋਂ ਆਮ ਜਨਤਾ ਉਦੋਂ ਲੋਕੀ ਮਰੇ, ਲੀਡਰ ਤਾਂ ਮਰੇ ਹੀ ਨੀ ਗਏ ਜੀ ਬਿਲਕੁਲ। ਹੁਣ ਹੜਤਾਲਾਂ ਵਿੱਚ ਨੋਟਬੰਦੀ ਹੋਈ ਤਾਂ ਵੱਡਿਆਂ ਦਾ ਕੀ ਗਿਆ, ਕੁਛ ਵੀ ਨੀ ਗਿਆ, ਗਰੀਬ ਹੀ ਮਾਰੇ ਗਏ। ਆ ਜਾ ਕੇ ਜੀ ਤੁਸੀਂ ਜਿੱਦਾਂ ਇੱਕ ਸਿਆਣੇ ਦੀ ਕਹਾਵਤ ਹੈ, ਖਰਬੂਜਾ ਡਿੱਗੇ ਛੁਰੀ ਤੇ, ਛੁਰੀ ਡਿੱਗੇ ਖਰਬੂਜੇ ਤੇ, ਕੱਟ ਖਰਬੂਜਾ ਹੀ ਹੋਣਾ। ਆ ਜਾ ਕੇ ਜਨਤਾ ਨੇ ਮਰਨਾ ਹੈ। ਹੁਣ ਜੇ 25 ਕਰੋੜ ਕਿੰਨੇ ਕਰੋੜ ਕਹਿੰਦੇ ਆ ਹੋ ਗਿਆ ਕੀ, ਤੇ ਉਹਨਾਂ ਨੂੰ ਉਹਨਾਂ ਦੀ ਸਿਹਤ ਤੇ ਕੀ ਫਰਕ ਆ ਬਿਲਕੁਲ ਜੀ। ਜੇ ਸਰਕਾਰ ਬਦਲ ਵੀ ਗਈ ਤੇ ਕੀ ਭਰੋਸਾ ਵੀ ਉਹ ਤੁਹਾਨੂੰ ਆ ਕੇ ਇਹ ਸਭ ਕੁਝ ਦੇ ਦਊਗੀ ਜੀ ਬਿਲਕੁਲ, ਸਰਕਾਰਾਂ ਬਦਲਦੀਆਂ ਹੀ ਆ ਜੀ। ਆ ਜਾ ਕੇ ਹੁਣ ਜੱਗੀ ਸਾਹਿਬ ਨੁਕਸਾਨ ਸਾਡਾ ਆਪਣਾ ਹੀ ਆ, ਠੀਕ ਨਹੀਂ? ਤੇ ਬਾਕੀ ਮੁਲਕਾਂ ਦਾ ਵੀ ਕਿਸੇ ਰੁਝਾਨ ਹੈਗਾ ਇਹ ਤੇ ਸਿਰਫ ਆਪਣੇ ਨਹੀਂ, ਇੱਥੇ ਆਪਣੇ ਆਪਣੇ ਸਿੱਤੇ ਨਹੀਂ। ਇੰਗਲੈਂਡ 'ਚ ਮੈਂ ਦੇਖਿਆ ਕਾਫੀ ਵਾਰੀ, ਇੰਗਲੈਂਡ ਬਹੁਤ ਵਾਰੀ ਗਿਆ ਮੈਂ, ਉੱਥੇ ਰੇਲਾਂ ਬੱਸਾਂ ਬੰਦ ਹੁੰਦੀਆਂ ਆ, ਉੱਥੇ 20 ਸਟ੍ਰਾਈਕਾਂ ਆਉਂਦੀਆਂ ਹੈ ਜੀ। ਉਦੋਂ ਉੱਥੇ ਬਹੁਤੇ ਲੋਕ ਜਿਹੜੇ ਸਫ਼ਰ ਕਰਦੇ ਆ ਰੇਲਾਂ ਬੱਸਾਂ 'ਚ ਕਰਦੇ ਆ, ਪਾਰਕਿੰਗ ਦੀ ਪ੍ਰੋਬਲਮ ਗੱਡੀਆਂ ਹੈਗੀਆਂ ਲੋਕਾਂ ਕੋਲ, ਪਰ ਜਦੋਂ ਕਿਤੇ ਸਟ੍ਰਾਈਕ ਆਉਣੀ ਹੁੰਦੀ ਨਾ ਫਿਰ ਉਹ ਦੱਸ ਦਿੰਦੇ ਵੀ ਕੱਲ੍ਹ ਨੂੰ ਰੇਲਾਂ ਜਾਂ ਬੱਸਾਂ ਬੰਦ ਆ, ਫਿਰ ਲੋਕੀ ਕੰਮਾਂ ਤੇ ਜਾਂਦੇ ਆ, ਰਾਤਾਂ ਨੂੰ ਗੱਡੀਆਂ ਲੈ ਕੇ ਚਲ ਜਾਂਦੇ, ਪਾਰਕਿੰਗ ਨੀ ਲੱਭਦੀ ਉੱਥੇ, ਉਹ ਅੱਖੀਂ ਦੇਖਿਆ ਮੈਂ ਹੁੰਦੀਆਂ, ਉੱਥੇ ਇੰਗਲੈਂਡ 'ਚ ਵੀ ਦੇਖੀਆਂ, ਇੱਥੇ ਅਮੈਰੀਕਾ 'ਚ ਨੀ ਮੈਂ ਦੇਖੀ ਹਾਲੇ ਕੋਈ ਏਦਾਂ ਦੀ ਗੱਲ ਨਾ। ਤਰੀਕਾ ਅਲੱਗ ਹੋ ਸਕਦਾ, ਹੋ ਸਕਦਾ ਭਾਈ, ਇੰਗਲੈਂਡ 'ਚ ਮੈਂ ਦੇਖੀ ਆ ਸਟ੍ਰਾਈਕਾਂ ਹੁੰਦੀਆਂ ਉੱਥੇ, ਕਾਫੀ ਦੇਰ ਤੋਂ ਹੈਲੋ ਹੈਲੋ ਕਰ ਰਹੇ ਸੀ, ਤੁਸੀਂ ਹੋਰ ਕਿਸੇ ਪਾਸੇ ਧਿਆਨ ਸੀ? ਹਾਂਜੀ ਸਰ, ਕੌਣ ਬੋਲਦੇ ਜੀ? ਅਮਰੀਕਾ ਕੈਨੇਡਾ ਵੀ ਹੈਗਾ ਜੀ, ਇਹ ਕੈਨੇਡਾ ਜੇ ਕਿਸੇ ਵਕਤ ਹੁੰਦਾ ਸੀ, ਹੁਣ ਥੋੜਾ ਘਟ ਗਿਆ, ਹੁਣ ਘਟ ਗਿਆ ਜੀ। ਤੇ ਇਹਦਾ ਫਾਇਦਾ ਹੁੰਦਾ, ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਹੁੰਦਾ ਹੋਏਗਾ ਅਗਰ ਅਸੀਂ ਭਾਰਤ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਜੀ? ਹਾਂਜੀ, ਫਾਇਦਾ ਤਾਂ ਮੈਂ ਤੁਹਾਨੂੰ ਰੀਸੈਂਟ ਦੀ ਇੰਸੀਡੈਂਟ ਦੱਸ ਦਿੰਦਾ ਕਿ ਫਾਇਦਾ ਹੋਇਆ ਜੀ ਜ਼ਰੂਰ। ਜਿਵੇਂ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਫੀਸਾਂ ਵਧਾਤੀਆਂ ਬੇਤਹਾਸ਼ਾ। ਹਾਂਜੀ ਹਾਂਜੀ, ਜਦੋਂ ਉਹਨਾਂ ਨੇ ਸਟ੍ਰਾਈਕ ਕੀਤੀ ਤੇ ਫੀਸਾਂ ਉਹਨਾਂ ਨੇ ਕਰਤੀਆਂ ਅੱਧੀਆਂ, ਮਤਲਬ ਵਧਾ ਕੇ ਜਿੰਨੀਆਂ ਕੀਤੀਆਂ ਸੀ ਉਦੋਂ ਅੱਧੀਆਂ ਕਰਤੀਆਂ, ਮਤਲਬ ਵਧਾ ਫਿਰ ਵੀ ਦਿੱਤੀਆਂ, ਵਧਾਤੀਆਂ, ਫਿਰ ਸਟ੍ਰਾਈਕ ਹਜੇ ਵੀ ਚੱਲ ਰਹੀ ਹੈ ਜੀ। ਸਰ ਮੈਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਗੱਲ ਕਰ ਰਿਹਾ ਇਸ ਵੇਲੇ, ਲੋਕੀ ਕਹਿੰਦੇ ਫਾਇਦਾ ਨਹੀਂ ਹੁੰਦਾ, ਯੇ ਹੁੰਦਾ, ਉਹ ਮਿੱਥ ਆ, ਫਾਇਦਾ ਹੁੰਦਾ ਜੀ। ਸਟੂਡੈਂਟਸ ਨੇ ਸਟ੍ਰਾਈਕ ਕੀਤੀ ਤੇ ਫੀਸਾਂ ਹੋ ਗਈਆਂ ਅੱਧੀਆਂ, 1000 ਗੁਣਾ ਵਧਾ ਤੀਆਂ ਸੀ ਫੀਸਾਂ, ਤੇ ਹੁਣ 500 ਗੁਣਾ, ਆਮ ਪਬਲਿਕ ਨੂੰ ਪਤਾ ਨਹੀਂ ਹੁਣ 1000 ਗੁਣਾ ਵਧਾ ਤੀਆਂ ਸੀ, ਹਾਂਜੀ ਹਾਂਜੀ, ਹੁਣ 500 ਗੁਣਾ ਤੇ ਆ ਗਈ, ਮਤਲਬ 1000 ਗੁਣਾ ਫੀਸ ਵਧਾਓਗੇ ਤਾਂ ਗਰੀਬ ਬੱਚਾ ਪੜੂਗਾ ਕਿੱਦਾਂ? ਬਿਲਕੁਲ ਜੀ, ਪਰ ਅਜੇ ਇਹ ਦੇਖੋ ਨਾ ਅਸੀਂ 500 ਜੀ 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 ਬਿਲਕੁਲ, ਚਲੋ ਬਿਲਕੁਲ ਜੀ ਬਿਲਕੁਲ, ਬੜੀ ਮਿਹਰਬਾਨੀ ਜੀ। ਤੇ ਉਹ ਉਹ ਫੀਸਾਂ ਘਟੀਆਂ ਜੀ, ਬੱਚੇ ਪੜ੍ਹ ਸਕਣਗੇ, ਅੱਛੀ ਐਜੂਕੇਸ਼ਨ ਲੈ ਸਕਣਗੇ, ਔਰ ਹੋਰ ਵੀ ਬਹੁਤ ਸਾਰੀਆਂ ਇੰਸੀਡੈਂਟਸ ਹੈਗੇ ਜਿੱਥੇ ਸਟ੍ਰਾਈਕਾਂ ਦੇ ਫਾਇਦੇ ਹੋਏ ਹੈ ਤੇ ਨੁਕਸਾਨ ਵੀ ਹੋਏ ਹੈ, ਨੁਕਸਾਨ ਜ਼ਿਆਦਾ ਹੋਏ ਨੇ, ਨੁਕਸਾਨ ਵੀ ਹੋਏ। ਜੀ ਥਿੰਕ ਸਾਹਿਬ ਬਹੁਤ ਮਿਹਰਬਾਨੀ ਜੀ, ਬਹੁਤ ਵਧੀਆ ਵਿਚਾਰ ਤੁਸੀਂ ਰੱਖੇ, ਮੈਂ ਇਹਦੇ ਨਾਲ ਥੋੜ੍ਹੀ ਜਿਹੀ ਗੱਲ ਹੋਰ ਜ਼ਰੂਰ ਕਲੀਅਰ ਕਰਦਾ ਕਿ ਸਾਡੇ ਮੁਲਕ ਦੀ ਜਿਹੜੀ ਫਿਤਰਤ ਹੈਗੀ ਆ, ਸਾਡੀ ਸਰਕਾਰਾਂ ਦੀ ਜਿਹੜੀ ਫਿਤਰਤ ਹੈਗੀ ਆ, ਉਹ ਇਹ ਹੈ ਜਿਵੇਂ ਇਹਨਾਂ ਨੇ ਕਿਹਾ ਵੀ 1000 ਗੁਣਾ ਫੀਸਾਂ ਵਧਾ ਤੀਆਂ, ਅਸੀਂ ਰੌਲਾ ਪਾ ਦਿੱਤਾ, ਇੱਦਾਂ ਪੈਟਰੋਲ ਹੈਗਾ ਜੀ 5 ਰੁਪਏ ਪੈਟਰੋਲ ਵਧਾ ਦਿਓ, ਡੀਜ਼ਲ ਇੰਨਾ ਵਧਾ ਦਿਓ, ਵਧਾ ਦਿੱਤਾ, ਰੌਲਾ ਪਾ ਦਿੱਤਾ, ਹਾਹਾਕਾਰ ਮੱਚ ਕੇ ਯੇ ਹੋ ਗਿਆ ਵੋ ਹੋ ਗਿਆ, ਉਦੋਂ ਅੱਧਾ ਸਸਤਾ ਕਰਤਾ, ਅਸੀਂ ਖੁਸ਼ ਹੋ ਗਏ। ਹੁਣ 1000 ਗੁਣਾ ਫੀਸਾਂ ਵਧਾਈਆਂ, ਰੌਲਾ ਪਾਇਆ, ਜਦੋਂ 500 ਗੁਣਾ ਘਟਾ ਤੀ ਤਾਂ ਉਦੋਂ ਅਸੀਂ ਕਹਿੰਦੇ ਲੈ ਜੀ ਘਟਾ ਤੀ, ਵਾਹ ਵਾਹ ਵਾਹ, ਸਰਕਾਰ ਬੱਲੇ ਬੱਲੇ ਕਰਨ ਲੱਗ ਜਾਂਦੇ। ਪਰ ਜਿਹੜੀ 500 ਗੁਣਾ ਵਧਾ ਤੀ ਉਹ ਫਿਰ ਵੀ ਨਹੀਂ ਦਿਮਾਗ 'ਚ ਰਹਿੰਦੀ, ਇਹੀ ਪੈਟਰੋਲ ਡੀਜ਼ਲ ਦਾ ਕੰਮ ਹੈ, ਇਹੀ ਬਾਕੀ ਮਹਿੰਗਾਈ ਦਾ ਕੰਮ ਹੈ, ਵੀ ਇਕਦਮ ਵਧਾ ਕੇ ਲੋਕ ਰੌਲਾ ਪਾਉਂਦੇ ਆ, ਉਦੋਂ ਅੱਧੀ ਘਟਾ ਦਿਓ, ਇਹ ਸਾਡੇ ਸਰਕਾਰਾਂ ਦੀ ਰਾਜਨੀਤੀ ਹੈ ਜਾਂ ਕਹਿ ਲਓ ਕੁਛ ਕਹਿ ਲਓ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ, ਹੈਲੋ ਹੈਲੋ ਹੈਲੋ, ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਕਾਲ ਲਾਈਵ ਲੱਗੀ ਹੈ ਜੀ, ਕੌਣ ਬੋਲ ਰਹੇ? ਮੈਂ ਬਲਵੰਤ ਪਰਮਾਰ ਬੋਲਦਾ ਜੀ। ਪਰਮਾਰ ਸਾਹਿਬ ਕੀ ਕਹਿਣਾ ਚਾਹੁੰਦੇ?
ਬਸ ਮੈਂ ਆਪਣਾ ਥੋੜਾ ਜਿਹਾ ਆਪਣਾ ਜਿਹੜੀ ਆਪਣਾ ਰੋਕਾਬੰਦੀ ਹੁੰਦੀ ਆ ਰੇਲਾਂ ਦੀ ਸਟ੍ਰਾਈਕ ਉਸ ਬਾਰੇ ਚ ਥੋੜਾ ਜਿਹਾ ਬੋਲਣਾ ਚਾਹੁੰਦਾ। ਜ਼ਰੂਰ ਜੀ ਬੋਲੋ ਪਰਮਾਰ ਸਾਹਿਬ, ਤੁਹਾਡੀ ਕਾਲ ਲਾਈਵ ਲੱਗੀ ਹੈ ਜੀ, ਲੱਖਾਂ ਪੰਜਾਬੀ ਲੱਖਾਂ ਦਰਸ਼ਕ ਤੁਹਾਡੀ ਆਵਾਜ਼ ਸੁਣ ਰਹੇ ਨੇ ਜੀ। ਅੱਛਾ ਹਾਂਜੀ, ਟੀਵੀ ਤੇ 2-4 ਸੈਕਿੰਡ ਬਾਅਦ ਆਏਗੀ, ਤੁਸੀਂ ਤੁਹਾਡੀ ਕਾਲ ਲਾਈਵ ਲੱਗੀ ਹੈ ਜੀ। ਜੀ ਪਰਮਾਰ ਸਾਹਿਬ, ਆਪਣਾ ਇਹ ਜਿਹੜੇ ਰੇਲ ਸਟ੍ਰਾਈਕ ਹੈ ਜਾਂ ਬੱਸਾਂ ਦੀ ਸਟ੍ਰਾਈਕ ਹੈ, ਉਹਨਾਂ ਚ ਆਪਣੇ ਸਾਨੂੰ ਹੀ ਆਪਣੇ ਪ੍ਰੋਬਲਮ ਹੁੰਦੀ, ਸਾਡੇ ਬੰਦਿਆਂ ਨੂੰ ਇਹ ਪ੍ਰੋਬਲਮ ਕਰਦੇ ਆ। ਇਹ ਇੱਦਾਂ ਹੋਣੀ ਨਹੀਂ ਚਾਹੀਦੀ, ਮਤਲਬ ਕਿੰਨਾ ਆਪਣੇ ਦੇਸ਼ ਨੂੰ ਘਾਟਾ ਪੈਂਦਾ, ਕਿੱਦਾਂ ਆਪਣੇ ਪਬਲਿਕ ਨੂੰ ਆਪਣੇ ਪ੍ਰੋਬਲਮ ਹੁੰਦੀ ਆ। ਇਹ ਆਪਣਾ ਸੋਚ ਸਮਝ ਇਹਨਾਂ ਨੂੰ ਆਪਣਾ ਕਰਨੀ ਚਾਹੀਦੀ ਹੈ, ਆਪਣੇ ਆਹ ਚੀਜ਼ਾਂ ਇੱਦਾਂ ਹੋਣੀਆਂ ਨਹੀਂ ਚਾਹੀਦੀਆਂ। ਬਸ ਮੇਰਾ ਇਹੀ ਕਹਿਣਾ ਹੈ ਵੀ ਆਪਣਾ ਕਿੰਨਾ ਦੇਸ਼ ਨੂੰ ਘਾਟਾ ਪੈਂਦਾ ਆ, ਕਿੰਨਾ ਅਸੀਂ ਪਿੱਛੇ ਚੱਲ ਜਾਂਦੇ ਹਾਂ। ਤਾਂ ਇਹ ਆਪਣੇ ਲੀਡਰਸ ਜਿਹੜੇ ਆ ਇਹਨਾਂ ਨੂੰ ਆਪਣਾ ਇਹਦੇ ਤੇ ਆਪਣਾ ਪੰਜਾਬ ਬਾਂਧਦੇ ਆ, ਇੰਡੀਆ ਬਾਂਧਦੇ ਆ, ਜੇ ਬਾਂਧਿਆ ਕਿ ਆਪਣਾ ਇਹ ਨਹੀਂ ਸੋਚਦੇ ਵੀ ਇੱਥੇ ਕਿੰਨੇ ਕਰੋੜਾਂ ਕਿੰਨੇ ਹਜ਼ਾਰ ਕਰੋੜਾਂ ਦਾ ਘਾਟਾ ਪੈ ਜਾਂਦਾ ਆ। ਇਹਨਾਂ ਨੂੰ ਆਪਣਾ ਇਹ ਆਪਣਾ ਕਿੰਨਾ ਦੇਸ਼ ਨੂੰ ਆਪਣੇ ਪਿੱਛੇ ਲੈ ਜਾਂਦੇ ਆ। ਦੈਟਸ ਵਟ ਆਈ ਐਮ ਵਰੀਡ ਅਬਾਊਟ। ਜੀ ਬਿਲਕੁਲ ਜੀ, ਬਹੁਤ ਆਪਣਾ ਕਿਹੜੇ ਦਿਨਾਂ ਤੋਂ ਅਸੀਂ ਸਾਨੂੰ ਆਜ਼ਾਦੀ ਮਿਲੀ ਹੋ, ਅਸੀਂ ਕਿੱਥੇ ਜਾ ਕਿੱਧਰ ਨੂੰ ਸਾਨੂੰ ਇਹ ਲੈ ਕੇ ਜਾ ਰਹੇ ਲੀਡਰਸ ਜਾਂ ਕਿੱਦਾਂ। ਜੇ ਐਨ ਯੂ ਦਾ ਵੀ ਆ ਇੱਥੇ ਆਪਣਾ, ਜੇ ਇਹਨਾਂ ਨੇ ਜੇ 3600 ਰੁਪਈਆ ਆਪਣੇ ਦੂਜੀ ਯੂਨੀਵਰਸਿਟੀਆਂ ਚ 75-75 ਹਜ਼ਾਰ ਡਾਲਰ 75-75 ਹਜ਼ਾਰ ਰੁਪਈਆ ਉਹ ਦਿੰਦੇ ਆ, ਇੱਥੇ ਆਪਣੇ 3600 ਰੁਪਈਆ, ਇਹ ਆਪਣੇ ਟੋਲਰੇਂਸ ਨਹੀਂ ਕਰ ਸਕਦੇ ਕਿ ਐਡੀ ਬੜੀ ਯੂਨੀਵਰਸਿਟੀ ਹੈ, ਇੱਥੇ ਆਪਣੇ 3600 ਰੁਪਈਆ ਕਿੰਨਾ ਕੁ ਜ਼ਿਆਦਾ ਹੈ। ਹਾਂਜੀ ਹਾਂਜੀ, ਨਹੀਂ ਇਹ ਤਾਂ ਹੈ, ਜਿੱਦਾਂ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਤਾਂ ਕਿੰਨਾ, ਸਕੂਲਾਂ ਕਾਲਜਾਂ ਦੇ ਵਿੱਚ ਬਹੁਤ ਜ਼ਿਆਦਾ ਫੀਸ ਆ। ਬਾਕੀ ਆਪਣਾ ਉੱਧਰ ਕਿੰਨਾ ਆਪਣਾ ਪੈਸਾ ਲੋਕੀ ਦੇ ਕੇ ਆਪਣੇ ਪੜ੍ਹਦੇ ਆ। ਜੀ ਜੀ ਜੀ, ਚਲੋ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਪਰਮਾਰ ਸਾਹਿਬ, ਬਹੁਤ ਮਿਹਰਬਾਨੀ ਤੁਹਾਡੀ ਗੱਲਬਾਤ ਕਰਨ ਵਾਸਤੇ। ਕੱਲ੍ਹ ਸਿਲਸਿਲਾ ਸ਼ੁਰੂ ਹੋਇਆ, ਗੱਲ ਚੱਲ ਰਹੀ ਹੜਤਾਲਾਂ ਦੀ ਬੰਦ ਕਰਨ ਦੀ, ਪਰ ਜਿਵੇਂ ਥਿੰਦ ਸਾਹਿਬ ਨੇ ਕਿਹਾ ਕਿ ਫਾਇਦਾ ਹੁੰਦਾ, ਉਹ ਡਿਪੈਂਡ ਕਰਦਾ ਕਿ ਹੈ ਕਾਹਦੀ ਹੜਤਾਲ ਆ ਜਾਂ ਹੈ ਕੀ ਆ, ਫਾਇਦਾ ਕਿੱਥੇ ਹੁੰਦਾ ਉਹ ਡਿਪੈਂਡ ਕਰਦਾ। ਬਾਕੀ ਜੇ ਅਸੀਂ ਇਸ ਤਰ੍ਹਾਂ ਦੇ ਵੱਡੇ ਬੰਦ ਜਾਂ ਵੱਡੇ ਜਿਹੜੇ ਹੜਤਾਲਾਂ ਹੁੰਦੀਆਂ ਨੇ, ਲੀਡਰਾਂ ਦੀਆਂ ਹੜਤਾਲਾਂ ਜਾਂ ਕਿਸੇ ਪਾਰਟੀ ਵੱਲੋਂ ਕੀਤੀਆਂ ਜਾਂਦੀਆਂ ਨੇ, ਉਹਦਾ ਮੇਰਾ ਖਿਆਲ ਵੋਟਾਂ ਦਾ ਹੀ ਫਾਇਦਾ ਹੁੰਦਾ, ਹੋ ਸਕਦਾ ਹੋਰ ਤਾਂ ਫਾਇਦਾ ਉਹਨਾਂ ਨੂੰ ਕੀ ਹੋਣਾ। ਅਦਰਵਾਈਜ਼ ਬਾਕੀ ਜਿਹੜੀਆਂ ਹੜਤਾਲਾਂ ਨੇ, ਸਟ੍ਰਾਈਕ ਹੈਗੀ, ਕੋਈ ਵੀ ਮੂਵਮੈਂਟ ਹੈਗੀ ਆ, ਸਕੂਲਾਂ ਕਾਲਜਾਂ ਦੀ ਮੂਵਮੈਂਟ ਹੈਗੀ ਆ ਜਾਂ ਉਹਦੇ ਅੱਗੇ ਯੂਨੀਵਰਸਿਟੀ ਦੀ ਇੱਕ ਮੂਵਮੈਂਟ ਆ, ਉਹਦੇ ਅੱਗੇ ਮੈਨੇਜਮੈਂਟ ਨੂੰ ਝੁਕਣਾ ਹੀ ਪੈਂਦਾ, ਕਿਉਂਕਿ ਸਟੂਡੈਂਟ ਦੀ ਕੋਈ ਵੀ ਮੂਵਮੈਂਟ ਜਿਹੜੀ ਆ ਸਟੂਡੈਂਟਸ ਦੀ, ਉਹ ਅੱਜ ਤੱਕ ਅਜਾ ਹੀ ਨਹੀਂ ਗਈ। ਉਹਨਾਂ ਦਾ ਕੋਈ ਨਾ ਕੋਈ ਹੱਲ ਉਹਨਾਂ ਨੂੰ ਜ਼ਰੂਰ ਮਿਲਿਆ, ਕਿਉਂਕਿ ਸਟੂਡੈਂਟਸ ਦੀ ਮੈਜੋਰਟੀ ਬਹੁਤ ਜ਼ਿਆਦਾ, ਸਟੂਡੈਂਟ ਜਿਹੜੇ ਆ ਬਹੁਤ ਜ਼ਿਆਦਾ ਹੁੰਦੇ ਆ। ਸੋ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਤੁਹਾਡਾ, ਹਾਜ਼ਰ ਹੈ ਇੱਕ ਵਾਰ ਫਿਰ। ਗੱਲਾਂ ਬਾਤਾਂ ਚੱਲ ਰਹੀਆਂ ਨੇ, ਭਾਰਤ ਬੰਦ, ਪੰਜਾਬ ਬੰਦ, ਰੇਲਾਂ ਬੰਦ, ਹਾਈਵੇ ਬੰਦ, ਸਕੂਲ ਬੰਦ, ਕਾਲਜ ਬੰਦ। ਮਤਲਬ ਇਹ ਹੈ ਵੀ ਭਾਰਤ ਇੱਕ ਬੰਦ ਵਾਲਾ ਹੀ ਲੱਗਦਾ, ਵੀ ਇਉਂ ਲੱਗਦਾ ਵੀ ਕਦੇ ਕਦੇ ਖੁੱਲ੍ਹਦਾ ਹੁੰਦਾ, ਕਦੇ ਕਿਸੇ ਨੇ ਬੰਦ ਕਰਾਤਾ, ਕਦੇ ਕਿਸੇ ਨੇ ਬੰਦ ਕਰਾਤਾ। ਮੈਂ ਇੱਕ ਬਹੁਤ ਦੇਰ ਪਹਿਲਾਂ ਆਰਟੀਕਲ ਲਿਖਿਆ ਸੀ, ਇੱਕ ਅਨਾਰ 100 ਬਿਮਾਰ। ਉਹ ਇਹੀ ਸੀਗਾ, ਲੀਡਰਾਂ 'ਤੇ ਸੀਗਾ ਵੀ ਥਾਂ ਥਾਂ ਜਿਹੜੇ ਕੋਈ ਜਗ੍ਹਾ ਨਹੀਂ ਦੇਖਣੀ, ਕੋਈ ਇਹ ਨਹੀਂ ਦੇਖਣਾ ਵੀ ਇਸ ਜਗ੍ਹਾ ਦਾ ਕਿਸੇ ਨੂੰ ਨੁਕਸਾਨ ਹੋਊਗਾ, ਨਹੀਂ ਹੋਊਗਾ, ਕਿਸੇ ਨੂੰ ਕੀ ਅਸਰ ਹੋਊਗਾ। ਜਿੱਥੇ ਦਿਲ ਕਰਦਾ ਉੱਥੇ ਆਪਣੇ ਮਜ਼ਮੇ ਜਿਹੜੇ ਲਾ ਲੈਂਦੇ ਨੇ। ਹੈਲੋ ਹੈਲੋ ਜੀ, ਜੰਨੀ ਸਾਹਿਬ। ਹਾਂਜੀ ਹਾਂਜੀ, ਪੈਰੀ ਪੈਣਾ ਜੀ, ਠੀਕ ਠਾਕ ਹੋ? ਤਕਰੀਬਨ ਅਸੀਂ ਸ਼ੁਰੂ ਕਰ ਦੇਣਾ ਕੰਮ ਛੇਤੀ। ਖੋਲ ਲਿਆ? ਹਾਂਜੀ ਖੋਲ ਲਿਆ ਇੱਥੇ। ਭਾਰਤ ਬੰਦ ਕਿੰਨੀਆਂ ਘਾਟਾ ਪੈਂਦਾ ਹੈ ਨਾ, ਬੱਸਾਂ ਖੜਾਉਂਦੇ ਆ ਤੇ ਅੰਦੋਲਨ ਕਰਦੇ ਆ, ਤੇ ਇਹ ਕਾਲਜਾਂ 'ਚ ਵੀ ਸਟ੍ਰੈਕ ਚੱਲਦੀ ਹੁੰਦੀ, ਅੱਜ ਸਾਨੂੰ ਖਾਣਾ ਨੀ ਚਾਹੀਦਾ, ਮਿਲਿਆ ਫਲਾਨਾ ਤੇ ਔਂਕਾ ਔਂਕਾ ਚੌਂਕਾ। ਤੇ ਕਿਹੜਾ ਨਾ 8-9 ਸਾਲ ਦੀ ਗੱਲ ਕਰਦੇ ਜੱਗੀ, ਹੈਨਾ, ਅਸੀਂ ਗਏ ਸੀ ਪਟਿਆਲੇ, ਤੇ ਪਟਿਆਲੇ ਮੇਰੀ ਨਾਨਕ ਰਹਿੰਦੀ ਸੀਗੀ, ਹੈਨਾ, ਮੱਧ ਪ੍ਰਦੇਸ਼ ਤੋਂ ਆ ਕੇ ਪਟਿਆਲੇ ਵਸੇ ਸੀ ਉਹ। ਤੇ ਫਿਰ
ਅਸੀਂ ਉਹਦੇ ਪੋਤੇ ਦਾ ਜਨਮ ਦਿਨ ਸੀਗਾ, ਮੈਂ ਜਨਮ ਦਿਨ ਨੀ ਉਹਦਾ ਪੋਤੇ ਦਾ ਜਿਹੜੀ ਮਤਲਬ ਪੋਤਾ ਦੇਖਣ ਗਈ ਸੀ। ਹਾਂ ਤੇ ਫਿਰ ਨਾ ਫਿਰ ਇਹਦੇ ਕੀ ਸਾਹਿਬ ਅਸੀਂ ਜਦੋਂ ਗਏ ਨਾ ਟਮਾਣੇ ਗਏ ਤੇ ਉੱਥੇ ਤਾਂ ਭਾਈ ਸਾਡੇ ਗੱਡੀਆਂ ਘੇਰ ਲਿਆ ਹੈ। ਫਿਰ ਸਮਾਨੇ ਤਾਂ ਅਸੀਂ ਗੱਡੀ ਇੱਧਰ ਦੀ ਮੋੜੀ ਤੇ ਫਿਰ ਅਸੀਂ ਬਿੰਦਵਾਲ ਖਾ ਕੇ ਪਰੇ ਦੀ ਪਰੇ ਤੇ ਫਿਰ ਭਾਈ ਆਈ ਹੈ। ਤੇ ਇਹ ਨਾ ਤਾਂ ਅਕਾਲੀ ਪਾਰਟੀ ਭਲੀ ਵਾਂ ਤੇ ਨਾ ਇਹ ਲੱਕੜ ਵਾਲਾ ਫਲ ਲਿਆ ਕੇ ਹੁਣ ਗਾਇਕ ਹੋਏ ਹੁਣ ਜੇਲਾਂ ਦੇ ਵਿਚ ਕੀ ਕੁਛ ਹੁੰਦਾ ਹੈ ਨਾ। ਤੇ ਹੁਣ ਜਿਹੜੀ ਕੁੜੀ ਨਾ ਤੜਕਾ ਹੋਇਆ ਸੀ ਹੁਣ 4 ਨੂੰ ਫਾਂਸੀ ਲੱਗਣੀ ਹੈ ਨਾ। ਵਧੀਆ ਗੱਲ ਹੈ ਬਈ। ਹੈਲੋ ਚੰਗੀ ਗੱਲ ਹੈ ਪਰ ਇੰਨੀ ਲੇਟ ਮੇਰੇ ਖਿਆਲ ਕਾਫੀ ਸਾਲ ਹੋ ਗਏ ਨੇ ਇੰਨੇ, ਪਰ ਫਿਰ ਵੀ ਇੰਡੀਆ ਦੇ ਸਿਸਟਮ ਦੇ ਹਿਸਾਬ ਨਾਲ ਦੇਖੇ ਤੇ ਫਿਰ ਵੀ ਟਾਈਮ ਸਿਰ ਕੰਮ ਇਹ ਹੋ ਗਿਆ। ਅਦਰਵਾਈਜ਼ ਤਾਂ ਉੱਥੇ ਇਹ ਹਾਲ ਹੈਗਾ ਸਿਸਟਮ ਦਾ, ਆਪਾਂ ਹਮੇਸ਼ਾ ਗੱਲ ਕਰੀਦੀ ਹੈ ਕਿ ਤਲਾਕ ਬੰਦੇ ਨੇ ਲੈਣਾ ਹੁੰਦਾ ਯਾਰ ਕੋਈ ਚੱਜਦੀ ਜ਼ਿੰਦਗੀ ਜੀਵਾਂਗੇ, ਅਤੇ ਜਦ ਤੱਕ ਤਲਾਕ ਮਿਲਦਾ ਉਦੋਂ ਤੱਕ ਵੈਸੇ ਬੁੜੇ ਜਿਹੇ ਹੋਏ ਹੁੰਦੇ ਤਾਂ ਉਦੋਂ ਮਨ ਹੀ ਫਿਰ ਬਦਲ ਜਾਂਦਾ ਵੀ ਛੱਡ ਯਾਰ ਹੁਣ ਤਲਾਕ ਕੀ ਲੈਣਾ, ਹੁਣ ਤਾਂ ਚਲੋ ਹੁਣ ਛੱਡ ਪਰੇ ਜਿਹੜੀ ਰਹਿ ਗਈ ਦੋ ਚਾਰ ਸਾਲ ਹੁਣ ਇਕੱਠੇ ਹੀ ਕੱਟ ਲੈਂਦੇ। ਸੋ ਇਹ ਭਾਰਤ ਦੀ ਗੱਲ ਹੈ, ਭਾਰਤ ਦੇ ਵਿੱਚ ਹੀ ਸਾਨੂੰ ਚੀਜ਼ਾਂ ਦੇਖਣ ਨੂੰ ਮਿਲਦੀਆਂ, ਇਟ ਹੈਪਨ ਓਨਲੀ ਇਨ ਇੰਡੀਆ। ਆਪਾਂ ਅਕਸਰ ਗੱਲ ਕਰੀ ਦੀ ਹੈ ਕਿ ਇਹ ਚੀਜ਼ਾਂ ਬੰਦ ਹੜਤਾਲਾਂ ਕੁਛ ਵੀ ਪਿੱਛੇ ਹਰ ਇੱਕ ਚੀਜ਼ ਦੇ ਪਿੱਛੇ ਮੇਰੇ ਹਿਸਾਬ ਨਾਲ ਚਾਹੇ ਉਹ ਪੋਲੀਟੀਕਲ ਹੈ, ਚਾਹੇ ਉਹ ਸੋਸ਼ਲ ਹੈ, ਚਾਹੇ ਉਹ ਧਾਰਮਿਕ ਹੈ, ਚਾਹੇ ਉਹ ਸਪੋਰਟਸ ਦੀ ਗੱਲ ਕਰ ਲਈਏ, ਹੈਲਥ ਦੀ ਗੱਲ ਕਰ ਲਈਏ, ਹਰ ਚੀਜ਼ ਦੇ ਵਿੱਚ ਰਾਜਨੀਤੀ ਆ ਗਈ ਹੈ, ਹਰ ਪਿੱਛੇ ਰਾਜਨੀਤੀ ਹਾਵੀ ਹੈ, ਹਰ ਕੰਮ ਦੇ ਵਿੱਚ ਇਹ ਹੈਗਾ ਵੀ ਰਾਜਨੀਤੀ ਜਿਹੜੀ ਹੈਗੀ ਕੋਈ ਵੀ ਪਾਰਟੀ ਹੈ ਕੋਈ ਵੀ ਲੀਡਰ ਹੈ ਉਹਨੂੰ ਕਿਸ ਗੱਲ ਨਾਲ ਫਾਇਦਾ ਹੁੰਦਾ ਉਹਨੇ ਉਹ ਕੰਮ ਕਰਨਾ ਅਤੇ ਉਹ ਕੰਮ ਕਰਾਉਣਾ ਹੈ। ਅਤੇ ਬਾਕੀ ਜਿਹੜੇ 500-400 ਤਾਂ ਹੁੰਦੇ ਹੀ ਹੈ ਜਿਹੜੇ ਪੱਕੇ ਕਹਿ ਲਓ, ਚਾਹੇ ਪਾਰਟੀ ਦੇ ਵਰਕਰ ਕਹਿ ਲਓ, ਹਜ਼ਾਰਾਂ ਕੁ ਤਾਂ ਹੁੰਦੇ ਹੀ ਹੈ, ਚਾਹੇ ਵਰਕਰ ਕਹਿ ਲਓ, ਚਾਹੇ ਇਹਨਾਂ ਲੀਡਰਾਂ ਦੇ ਚਮਚੇ ਕਹਿ ਲਓ, ਉਹ ਤਾਂ ਹੁੰਦੇ ਹੀ ਹੈ। ਉਹਨਾਂ ਨੇ ਫਿਰ ਵੱਧ ਚੜ੍ਹ ਕੇ ਹਿੱਸਾ ਦੇਣਾ ਹੁੰਦਾ, ਪਾਰਟੀ ਦਾ ਦਿਖਾਉਣਾ ਹੁੰਦਾ ਕਿ ਕੀ ਹੈਗਾ ਕੀ ਨਹੀਂ ਹੈਗਾ, ਕਿ ਅਸੀਂ ਕਿੰਨੇ ਕੁ ਵਫ਼ਾਦਾਰ ਹੈਗੇ ਹਾਂ। ਅਤੇ ਇੱਕ ਫਿਰ ਉਹ ਜਿਹੜੇ ਭਾਸ਼ਣ ਦਿੰਦਾ ਜਦੋਂ ਲੀਡਰ, ਸੱਚੀ ਗੱਲ ਤੁਹਾਨੂੰ ਮੈਂ ਦੱਸਦਾ, ਸਾਡਾ ਵੀ ਉੱਥੇ ਪ੍ਰੋਗਰਾਮ ਸੀਗਾ ਬੁੱਕ ਹੋਇਆ ਹੋਇਆ, ਅਸੀਂ ਮੈਂ ਅਤੇ ਭਗਵੰਤ ਮਾਨ ਗਏ ਸੀ ਅਤੇ ਮੈਡਮ ਭੱਠਲ ਸਪੀਚ ਕਰ ਰਹੇ ਸੀਗੇ, ਅਕਾਲੀਆਂ ਦੀ ਸਰਕਾਰ ਜਦੋਂ ਸੀਗੀ ਉਦੋਂ ਦੀ ਗੱਲ ਹੈ ਇਹ। ਰੈਲੀ ਰੂਲੀ ਕੀਤੀ ਅਸੀਂ ਸਭ ਉੱਥੇ, ਕਾਫੀ ਪੁਰਾਣੀ ਗੱਲ ਹੈ। ਅਤੇ ਉਹ ਅਸੀਂ ਉਦੋਂ ਪ੍ਰੋਗਰਾਮ ਕੀਤਾ ਤਾਂ ਅਸੀਂ ਉੱਥੇ ਬੈਠੇ ਅਤੇ ਮੈਡਮ ਭੱਠਲ ਜਦੋਂ ਵੀ ਕੋਈ ਗੱਲ ਕਰਿਆ ਕਰਨ, ਦੇਖੋ ਜੀ ਕਾਂਗਰਸ ਸਰਕਾਰ ਨੇ ਇਹ ਕੀਤਾ ਸੀ, ਨਾਲ ਦੀ ਨਾਲ ਜੈਕਾਰਾ ਬੋਲੇ ਸੋ ਨਿਹਾਲ, ਠੀਕ ਹੈ ਜੀ, ਦੇਖੋ ਜੀ ਐਂ ਕੀਤਾ ਸੀ ਫਿਰ ਜੈਕਾਰਾ ਬੋਲੇ ਸੋ ਨਿਹਾਲ, ਉਹਨੂੰ ਦਿਖਾਉਣਾ ਹੁੰਦਾ ਵੀ ਸਾਡੇ 'ਚ ਕਿੰਨਾ ਜੋਸ਼ ਆ। ਫਿਰ ਕਿਤੇ ਉਹਨੇ ਕਿਹਾ, ਭੱਠਲ ਨੇ ਭਾਸ਼ਣ ਦਿੱਤਾ ਵੀ ਅਕਾਲੀਆਂ ਦੇ ਰਾਜ ਦੇ ਵਿੱਚ ਇੰਨੇ ਬਲਾਤਕਾਰ ਹੋਏ ਅਤੇ ਉੱਥੇ ਫਿਰ ਜਿਹੜਾ ਬੋਲੇ ਸੋ ਨਿਹਾਲ, ਉਹਨੇ ਇੱਕ ਮਿੰਟ ਕਹਿੰਦੀ ਇੱਕ ਮਿੰਟ ਇਹ 'ਚ ਬੋਲੇ ਸੋ ਨਿਹਾਲ ਜੈਕਾਰੇ ਵਾਲੀ ਕਿਹੜੀ ਗੱਲ ਹੈ, ਮੈਡਮ ਭੱਠਲ ਨੇ ਉਹਨੂੰ ਰੋਕੇ। ਸੋ ਇਹ ਸਾਡੇ ਜਿਹੜਾ ਸਿਸਟਮ ਬਣ ਚੁੱਕਾ, ਇੱਕ ਫਿਤਰਤ ਬਣ ਚੁੱਕੀ ਹੈ, ਲੀਡਰਾਂ ਦੀ ਬਣ ਚੁੱਕੀ ਹੈ, ਲੀਡਰਾਂ ਦੇ ਗਾਂ ਚਮਚਿਆਂ ਦੀ ਬਣ ਚੁੱਕੀ ਹੈ, ਉਹਨੂੰ ਮੇਰਾ ਖਿਆਲ ਹੈ ਵੀ ਸ਼ਾਇਦ ਹੀ ਕੋਈ ਦੁਨੀਆ ਦੀ ਤਾਕਤ ਪਰਮਾਤਮਾ ਹੀ ਕਿਸੇ ਨਾ ਕਿਸੇ ਤਰੀਕੇ ਸਮੱਤ ਬਖਸ਼ੇ, ਪਰਮਾਤਮਾ ਹੀ ਤੋੜੇ ਤਾਂ ਹੀ ਇਹ ਟੁੱਟੂਗੀ, ਅਦਰਵਾਈਜ਼ ਤਾਂ ਇਹਦੀ ਕੋਈ ਸੰਭਾਵਨਾ ਹੈ ਨਹੀਂ ਗੀ। ਸੋ ਇੱਕ ਬ੍ਰੇਕ ਹੋਰ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਸਰ ਹਾਜ਼ਰ ਹੁੰਦੇ ਹਾਂ ਜੀ, ਦੇਖਦੇ ਰਹੋ ਜਸ ਪੰਜਾਬੀ। ਜੀ ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ ਆ, ਫਿਰ ਵੀ ਫਟਾਫਟ ਇੱਕ ਅੱਧੀ ਕਾਲ ਲੈ ਲੈਂਦੇ। ਹੈਲੋ ਹੈਲੋ ਜੀ 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 ਸਤਿ ਸ੍ਰੀ ਅਕਾਲ ਜੀ, ਰਾਜ ਕੁਮਾਰ ਸਾਹਿਬ ਜੀ ਜਨਾਬ, ਕੀ ਹਾਲ ਚਾਲ ਜੀ ਸਾਹਿਬ, ਆਖਰੀ ਕਾਲ ਹੈ ਤੁਹਾਡੀ, ਕੀ ਕਹਿਣਾ ਚਾਹੁੰਦੇ? ਹਾਂਜੀ ਜੇਐਨਯੂ ਤੋਂ ਚੱਲੀ ਗੱਲ, ਜੇਐਨਯੂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ। ਇਹ ਗਵਰਨਮੈਂਟ ਦੀ ਅੰਡਰਸਟੈਂਡਿੰਗ ਨਹੀਂ ਬੈਠੀ ਵਿਦਿਆਰਥੀਆਂ ਨਾਲ, ਅੱਜ ਦੇ ਵਿਦਿਆਰਥੀ ਤੇ ਕੱਲ ਦੇ ਨੇਤਾ ਉਮੀਦ ਕਰਦਾ ਜੀ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਏਗਾ। ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਜਾਂ ਜਾਣਕਾਰੀ ਦੇਣੀ ਚਾਹੁੰਦੇ ਹੋ ਤਾਂ ਈਮੇਲ ਆਈ ਡੀ ਨੋਟ ਕਰ ਲਓ, jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ ਟਵਿੱਟਰ ਹੈਗਾ ਜੀ,
ਅਤੇ ਨਾਲ ਦੀ ਨਾਲ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-3362। ਕਦੇ ਵੀ ਕਾਲ ਕਰਕੇ ਗੱਲਬਾਤ ਕੋਈ ਕਰਨੀ ਚਾਹੋ ਕਰ ਸਕਦੇ ਹੋ, ਕੋਈ ਐਡ ਦੇਣੀ ਚਾਹੋ, ਕੋਈ ਹੋਰ ਕੋਈ ਸੁੱਖ ਸੁਨੇਹਾ ਦੇਣਾ ਚਾਹੋ ਤਾਂ ਜ਼ਰੂਰ ਸੈੱਲ ਨੰਬਰ 'ਤੇ ਵੀ ਦੇ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ।